2011 ਚ ਲਈ ਸੀ ਆਪਾਂ ਨਵੀਂ ਨਵੀਂ ਲਈ ਸੀ ਵੀਰੇ ਇਹ ਗੱਡੀ ਉਦੋਂ ਹੈ ਉਦੋਂ ਅੱਛਾ ਉਦੋਂ ਇਹ ਪੈ ਗਈ ਸੀ ਆਪਾਂ ਨੂੰ ਮਤਲਬ 42 ਲੱਖ ਰੁਪਏ ਦੀ ਇਹਦੇ ਅੱਜ ਤੱਕ ਹਾਂ ਕਿੰਨੇ ਸਾਲ ਹੋ ਗਏ ਤੁਸੀਂ ਹਿਸਾਬ ਲਾ ਲਓ ਬਈ ਹੋ ਗਏ 12 13 ਸਾਲ ਹਾਂ ਇੰਨੇ ਹੋ ਗਏ ਨੇ ਹੈ ਮੈਂ ਇਹਦੇ ਲੈਦਰ ਪਵਾਏ ਨੇ ਹੁਣ ਤਾਂ ਹੀ ਮਤਲਬ ਜਿੰਨੀ ਵਾਰ 1-2 ਵਾਰ 3 ਵਾਰ ਪੈ ਲਏ ਹੋਗੇ ਠੀਕ ਆ ਅੱਛਾ ਤੇ ਇਹ ਲਾਈ ਟਾਇਰ ਮੈਂ ਬਾਅਦ ਚ ਪਵਾਏ ਸੀ ਜਰਮਨ ਕਾਰਾਂ ਜਿਹਨਾਂ ਕੋਲ ਨੇ ਉਹਨਾਂ ਨੂੰ ਪਤਾ ਹੋਊਗਾ ਵੀ ਲਿਕਰ ਮੌਲੀ ਦਾ ਤੇਲ ਕੀ ਹੁੰਦਾ ਉਹ ਬੰਦੇ ਮਤਲਬ ਵਧੀਆ ਬੰਦਾ ਉਹਦਾ ਹੀ ਤੇਲ ਪਾਓ ਮੈਂ ਉਹੀ ਤੇਲ ਅੱਜ ਤੱਕ ਪਾਉਂਦਾ ਰਿਹਾ ਇਹ ਚ ਉਹਦੇ ਨਾਲ ਇੰਜਣ ਇੰਜਣ ਦੀ ਲਾਈਫ ਵੱਧਦੀ ਹੈ ਬਹੁਤ ਸੋਹਣੀ ਵੀਰੇ ਬਹੁਤ ਸੋਹਣੀ ਉਦਾਂ ਤਾਂ ਬਹੁਤ ਭੱਜਦੀ ਹੈ ਇਹ ਹਿਸਾਬ ਲਾ ਲਈ ਮਤਲਬ 190-200 ਤੇ ਮੈਂ ਆਪੀ ਲਾਈ ਹੋਈ ਆ ਇਹ ਆਪ ਲਾਈ ਉਦੋਂ ਕਾ ਚੱਲ ਜੂ ਨਹੀਂ ਉਹ ਤੋਂ ਗਾਹ ਨਹੀਂ ਜਾਂਦੀ ਮੈਂ ਲਾਇਆ ਜ਼ੋਰ ਥੋੜਾ ਜਿਹਾ ਬਾਕੀ ਬੰਦਾ ਡਰਦਾ ਵੀ ਹੁੰਦਾ ਥੋੜਾ ਜਿਹਾ ਆਪਣੇ ਸੜਕਾਂ ਸੁੜਕਾਂ ਐਵੇਂ ਦੀਆਂ ਨੇ ਥੋੜਾ ਜਿਹਾ ਫਰਕ ਹੈ ਨਾ ਇਹ ਗੱਡੀ ਨੂੰ ਜਿਹੜੀ ਰੂਟ ਤੇ ਮੈਂ ਇੰਨਾ ਕੁ ਪਿਆਰ ਮਿਲਦਾ ਦੇਖਿਆ ਮਤਲਬ ਵੀ ਆਪਾਂ ਕਹਿ ਲਈਏ ਬੰਦਾ ਰੇਂਜ ਰੋਵਰ 'ਚ ਬੈਠਾ ਹੁੰਦਾ ਅੱਛਾ ਤੇ ਦੇਖਦਾ ਇਹਦੇ ਵੱਲ ਹੁੰਦਾ ਅੱਛਾ ਹਾਂ ਮਤਲਬ ਇਸ ਮੇਰਾ ਵੇਚਣ ਨਾ ਵੇਚਣ ਦਾ ਕਾਰਨ ਹੀ ਇਹੀ ਹੈ ਕਲਾਕਾਰੀ ਪੈਸੇ ਦੇ ਨਾਲ ਨਾਲ ਮਿਹਨਤ ਬੜੀ ਮੰਗਦੀ ਹੈ ਪੈ ਟਕਾਉਣੇ ਔਖੇ ਨੇ ਅੱਜ ਦੇ ਟਾਈਮ ਚ ਕਲਾਕਾਰੀ ਪੈਸੇ ਤੁਸੀਂ ਆਹ ਲਾ ਲਓ ਵੀ ਕਰ ਲਿਆ ਹੈ ਹਾਂ ਕਰੋੜ ਕਰੋੜ ਰੁਪਇਆ ਤਾਂ ਬੰਦੇ ਕੋਲੇ ਚਾਹੀਦਾ ਜੇ ਬੰਦੇ ਨੇ ਆਪਦੀ ਕਲਾਕਾਰੀ ਦਾ ਸਿਸਟਮ ਸ਼ੁਰੂ ਕਰਨਾ ਚਾਹੀਦਾ ਆਰਾਮ ਨਾਲ ਚਾਹੀਦਾ ਵੀਰੇ ਜਿਵੇਂ ਜਿਵੇਂ ਬੰਦੇ ਨੂੰ ਬੰਦੇ ਦੀ ਉਮਰ ਵੱਧਦੀ ਆ ਉਵੇਂ ਕਹਿੰਦੇ ਬੰਦੇ ਨੂੰ ਅਕਲ ਆਉਂਦੀ ਹੈ ਸਰਕਲ ਦਾਇਰਾ ਬਹੁਤ ਛੋਟਾ ਹੋ ਜਾਂਦਾ ਬੰਦਾ ਅੱਜ ਕੱਲ੍ਹ ਦੀਆਂ ਯਾਰੀਆਂ ਮੈਨੂੰ ਨਹੀਂ ਮੈਂ ਨਹੀਂ ਮੰਨਦਾ ਹੈਗਾ ਵੀ ਨਹੀਂ ਮੈਂ ਸਿਸਟਮ ਮੇਰੇ ਹਿਸਾਬ 'ਚ ਹੀ ਨਹੀਂ ਆਇਆ ਕੰਮ ਜਿਸ ਟਾਈਮ ਤੂੰ ਗੱਡੀ ਲਈ ਆ ਉਸ ਟਾਈਮ ਮੈਨੂੰ ਲੱਗਦਾ ਸ਼ਾਇਦ ਇਹ ਗੱਡੀ ਆਪਦੇ ਸਰਕਲ 'ਚ ਕਿਸੇ ਕਿਸੇ ਕੋਲ ਹੋਊ ਉਦੋਂ ਮੈਂ ਕਹਿੰਦਾ ਕਿਸੇ ਕੋਲ ਵੀ ਨਹੀਂ ਸੀਗੀ ਉਸ ਟਾਈਮ ਹਾਂ ਮੈਂ ਸਕੂਲ ਲੈ ਕੇ ਜਾਂਦਾ ਸੀ ਵੀਰੇ ਇਹ ਹਾਂ ਮੈਂ +1 +2 'ਚ ਨਹੀਂ ਹੈ ਮੈਂ ਹਾਂ ਮੈਂ +2 'ਚ ਪੂਰੀ ਲੈ ਕੇ ਗਿਆ ਇਹ ਜੀ ਮਿੱਤਰੋ ਸਤਿ ਸ਼੍ਰੀ ਅਕਾਲ ਜੀ ਹੈ ਅਤੇ ਲਓ ਜੀ ਗੱਲਬਾਤ ਐਸੇ ਹੋ ਗਈ ਹੈ ਭਾਅ ਜੀ ਚੰਡੀਗੜ੍ਹ ਮੋਹਾਲੀ ਖਰੜ ਜਿੱਥੇ ਵੀ ਹੈਗੇ ਬਾਈ ਤੀਜੀ ਵੀਡੀਓ ਸਾਡੀ ਅੱਜ ਦੀ ਹੈ ਅਤੇ ਗੱਡੀ ਸੁੱਖਣਾ ਬਹੁਤ ਸੋਹਣੀ ਆ ਮੁੰਡਾ ਵੀ ਸੁੱਖਣਾ ਬਹੁਤ ਸੋਹਣਾ ਹੈ ਆਕਾਸ਼ ਹੈ ਇਹ ਗਾਉਂਦਾ ਵੀ ਬਹੁਤ ਸੋਹਣਾ ਆ ਅਤੇ ਆਪਣੇ ਭਰਾ ਦੇ ਨਾ ਗਾਣੇ ਗੁਣੇ ਆ ਰੱਖੇ ਨੇ ਹੁਣ ਤਾਈਂ ਅਤੇ ਲਿੰਕ ਜਿਹੜਾ ਡਿਸਕ੍ਰਿਪਸ਼ਨ 'ਚ ਦੇਣ ਲੱਗਾ ਹੈ ਜ਼ਰੂਰ ਦੇਖਿਓ ਭਰਾ ਦੇ ਗਾਣੇ ਹੋਰ ਵੀ ਆਉਣ ਵਾਲੇ ਆ ਮੁੰਡਾ ਬਾਈ ਟੈਲੈਂਟਡ ਬਹੁਤ ਆ ਸੁੱਖਣਾ ਦੇਖ ਗੱਡੀ ਬਹੁਤ ਸਾਂਭ ਕੇ ਰੱਖੀ ਹੈ ਜੱਟਾ ਹੈ ਗੱਡੀ ਦਾ ਹਨੀ ਵੀਰੇ ਇੱਦਾਂ ਵੀ ਆਪਾਂ ਇਹ ਵੀ 2011 ਚ ਲਈ ਸੀ ਆਪਾਂ ਇਹ ਗੱਡੀ ਨਵੀਂ ਲਈ ਸੀ ਵੀਰੇ ਇਹ ਗੱਡੀ ਉਦੋਂ ਹੈ ਉਦੋਂ ਅੱਛਾ ਉਦੋਂ ਇਹ ਪੈ ਗਈ ਸੀ ਆਪਾਂ ਨੂੰ ਮਤਲਬ 42 ਲੱਖ ਰੁਪਏ ਦੀ ਉਦੋਂ 42 ਲੱਖ ਦੀ ਪਈ ਸੀ ਉਦੋਂ 42 ਲੱਖ ਦੀ ਪਈ ਸੀ ਤੇ ਇਹਦਾ ਆਪਾਂ ਜਿੱਦਾਂ ਕਹਿ ਲਈਏ ਵੀ ਇਹ ਤਾਂ ਘੋੜੀ ਤੇ ਉਹ ਕੀ ਵੱਧਦਾ ਹੁੰਦਾ ਖਰਖਰਾ ਉਹ ਰੋਜ਼ ਉਹੀ ਹੁੰਦਾ ਬਸ ਉਵੇਂ ਇਹ ਕੱਪੜਾ ਭਾਲਦੀ ਆ ਰੋਜ਼ ਅੱਛਾ ਅੱਛਾ ਵੀ ਉਹ ਹਿਸਾਬ ਇਹ ਮਤਲਬ ਗੱਡੀ ਕਹਿ ਦਈਏ ਤਾਂ ਘੋੜੀ ਰੱਖੀ ਹੋਈ ਆ ਅੱਛਾ ਹੈ ਊਂ ਤਾਂ ਯਾਰ ਮੁੰਡੇ ਭਾਲਦੇ ਹੁੰਦੇ ਯਾਰ ਕਿ ਓਡੀ ਜਾਂ ਬੀਮਰ ਲੈ ਲਈ ਭਾਈ ਸਸਤੀ ਮਿਲ ਜਾਂਦੀ ਸੈਕਿੰਡ ਹੈਂਡ ਬਿਲਕੁਲ ਬਿਲਕੁਲ ਅੱਜ ਕੱਲ੍ਹ ਦੇ ਹਿਸਾਬ ਨਾਲ ਜੇ ਆਪਾਂ ਦੇਖੀਏ ਇਹ ਵਿਚਾਰੀ 5-6 ਲੱਖ ਰੁਪਏ ਦੀ ਮਸਾਈ ਆ ਹਨਾ ਉਦੋਂ ਤਾਂ ਨਵੀਂ ਕਢਾਈ ਹੋਈ ਸੀ ਹੈ ਉਦੋਂ ਨਵੀਂ ਕਢਾਈ ਸੀ ਆਪਾਂ ਨਵੀਂ ਕਢਾਉਣ ਦਾ ਕਿਆ ਟੱਕੜਿਆ ਸੀ ਬੰਦਾ ਐ ਸੋਚਦਾ ਕਿ ਗੱਡੀ ਤਾਂ ਪੁਰਾਣੀ ਮਿਲ ਜਾਣੀ ਹੈ ਹਾਂ ਬਸ ਉਵੇਂ ਵਾ ਗਰਾਰੀ 'ਚ ਜਿਵੇਂ ਪਿੰਡਾਂ 'ਚ ਗਰਾਰੀ ਕਹਿ ਦਿੰਦੇ ਆਪਾਂ ਬੰਦੇ ਨੂੰ ਵੀ ਹਾਂ ਗਰਾਰੀ ਫਸ ਗਈ ਸੀ ਬਾਈ ਸਾਡੀ ਪਹਿਲਾਂ ਇਦੂ ਪਹਿਲਾਂ ਕਿਹੜੀ ਤੇ ਗਰਾਰੀ ਇਹ ਤੋਂ ਪਹਿਲਾਂ ਕਰੂਜ਼ ਸੀਗੀ ਮੇਰੇ ਕੋਲੇ ਇਦੂ ਪਹਿਲਾਂ ਕਰੂਜ਼ ਹਾਂ ਉਹ ਤੋਂ ਪਹਿਲਾਂ ਮੇਰੇ ਕੋਲੇ ਫੈਸਟਾ ਸੀਗੀ ਅੱਛਾ ਉਹ ਤੋਂ ਪਹਿਲਾਂ ਜੈਨ ਸੀਗੀ ਉਹ ਤੋਂ ਪਹਿਲਾਂ ਮਰੂਤੀ ਸੀ ਤੇ ਇੱਥੋਂ ਸਟਾਰਟ ਕੰਮ ਹੋਇਆ ਮਰੂਤੀ ਤੋਂ ਆਪਾਂ ਲਾ ਲਈਏ ਮਤਲਬ ਅੱਛਾ ਅੱਛਾ ਮਰੂਤੀ ਤੋਂ ਬਾਅਦ ਬਾਈ ਸਿੱਧਾ ਇਹ ਕਿੰਨੇ ਦੀ 42 ਕਿ 52 ਦੀ
ਨਹੀਂ 42 42 ਲੱਖ ਦੀ ਗੱਡੀ ਲਈ, ਇਸ ਤੋਂ ਬਾਅਦ ਹੋਰ ਕੋਈ ਲਈ ਗੱਡੀ ਕਿ ਨਹੀਂ? ਨਹੀਂ ਇਹ ਤੋਂ ਬਾਅਦ ਨਹੀਂ ਕੋਈ ਲਈ। ਜੀ ਨਹੀਂ ਕਿ ਸੁੱਖ ਨਾਲ ਯਾਰਾਂ ਮਿੱਤਰਾਂ ਕੋਲੇ ਸੋਹਣੀਆਂ ਗੱਡੀਆਂ ਨੇ। ਅੱਛਾ, ਬਿੱਲਾ ਮੇਰਾ ਯਾਰ ਜੱਸਾ, ਉਹਨਾਂ ਫੋਰਚੂਨਰਾਂ ਦਾ ਸੋਹਣਾ ਇਕੱਠ ਕਰੀ ਫਿਰਦੇ ਨੇ। ਅੱਛਾ, ਤੇ ਤੇਰੀ ਕੋ ਬਾਈ ਹੈਗੀ ਆ ਇਹ ਓਡੀ ਹੈ? ਓਡੀ ਹੈ। ਇਹ ਹੈਗਾ ਕਿਹੜਾ ਮਾਡਲ? ਇਹ A4 ਆ ਵੀਰੇ। A4 ਆ ਹੈ? ਹਾਂਜੀ। ਵੈਸੇ ਬਾਈ ਜੀ ਇਹਦੀ ਸਪੈਸ਼ਲਿਟੀ ਦੱਸ ਦੇ, ਹੁਣ ਤਾਂ ਯਾਰ ਆਪਾਂ ਤਾਂ ਕਢਾਈ ਸੀ ਨਵੀਂ, ਆਪਣੇ ਕੋਲ ਇੰਨੇ ਸਾਲ ਵੀ ਹੋ ਗਏ ਹੈ ਯਾਰ, ਮਤਲਬ ਵੀ ਹਣੀ ਵੀਰ ਮੈਂ ਤੁਹਾਨੂੰ ਦੱਸਦਾ ਇਹਦੀ ਕੀ ਸਪੈਸ਼ਲ ਇਹਦੇ ਅੱਜ ਤੱਕ। ਹਾਂ, ਕਿੰਨੇ ਸਾਲ ਹੋ ਗਏ ਤੁਸੀਂ ਹਿਸਾਬ ਲਾ ਲਓ ਬਾਈ? ਹੋ ਗਏ 12 13 ਸਾਲ। ਹਾਂ, ਇੰਨੇ ਹੋ ਗਏ ਨੇ ਇਹ। ਮੈਂ ਇਹਦੇ ਲੈਦਰ ਪਵਾਏ ਨੇ ਹੁਣ ਤਾਂ ਹੀ, ਹੁਣ ਤਾਂ ਮਤਲਬ ਜਿੰਨੀ ਵਾਰ, 1-2 ਵਾਰ 3 ਵਾਰ ਪਹਿਲੇ ਹੋ ਗਏ, ਠੀਕ ਆ। ਅੱਛਾ, ਤੇ ਇਹ ਲਾਈਟ ਏਅਰ ਮੈਂ ਬਾਅਦ ਚ ਪਵਾਏ ਸੀ। ਕੋਈ ਖਰਚਾ ਨੀ, ਮੈਨੂੰ ਤਾਂ ਨਹੀਂ ਲੱਗਿਆ। ਐਵਰੇਜ ਵੀ ਸੁੱਖ ਨਾਲ ਸੋਹਣੀ ਦਿੰਦੀ ਆ। ਕਿੰਨੀ ਕੱਢਦੀ ਹੋਈ ਮਤਲਬ ਜੇ ਆਪ ਦੇ ਹਿਸਾਬ ਨਾਲ ਦੇਖੇ ਜਾਵੇ 11-12 ਦੀ ਵਧੀਆ ਐਵਰੇਜ ਆਪਾਂ ਮੰਨਦੇ ਆ ਇਹਨੂੰ, 11-12 ਦੀ ਐਵਰੇਜ ਫੇਰ ਵੀ ਠੀਕ ਆ, ਵਧੀਆ ਹੈ। 4 ਸਿਲੰਡਰ ਇੰਜਣ ਹੋ, ਕਿੰਨਾ ਸਿਲੰਡਰ? ਹਾਂ ਵੀਰੇ 4 ਸਿਲੰਡਰ 4 ਸਿਲੰਡਰ ਇੰਜਣ ਹੈ। ਹਾਂਜੀ ਹਾਂ, ਇਹ 19 ਇੰਚ ਆਪਾਂ ਲਾਇਆ ਪਾਇਆ। 19 ਇੰਚ ਪਾਤਾ ਪਹਿਲਾਂ ਇਹਨੂੰ, ਕਿਹੜਾ ਸੀਗਾ ਪਹਿਲਾਂ? ਸਿੰਪਲ ਸੀਗੀ ਇਹ, ਬਿਲਕੁਲ ਹੀ ਜਿਵੇਂ ਆਪਾਂ ਕੰਪਨੀ ਵਾਲੇ। ਉਦੋਂ ਕਿੰਨੀ ਐਵਰੇਜ? 3-4 ਸਾਲ ਮੈਂ ਉਦਾਂ ਚਲਾਈ ਇਹ ਕੰਪਨੀ ਵਾਲੇ। 3-4 ਸਾਲ ਤੇ 3-4 ਸਾਲ ਉਦੋਂ ਕੰਪਨੀ ਚ ਗਈ ਹੈ ਸਰਵਿਸ ਨੂੰ? ਹਾਂ, ਜਾਂਦੀ ਰਹੀ ਹੈ, ਉਹ ਤੋਂ ਬਾਅਦ ਹੁਣ 3-4 ਸਾਲਾਂ ਤੋਂ ਨਹੀਂ ਗਈ ਇਹ। ਏਜੰਸੀ ਕਿੰਨਾ ਖਰਚਾ ਹੁੰਦਾ ਸੀ ਇਹਦਾ ਸਰਵਿਸ ਦਾ? 16-17-18 ਲਿਕਰ ਮੌਲੀ ਦਾ ਤੇਲ ਪਾਉਂਦਾ ਸ਼ਾਇਦ, ਜਿਹੜੇ ਮਤਲਬ ਵਧੀਆ ਗੱਡੀਆਂ ਰੱਖਦੇ ਨੇ ਜਰਮਨ ਕਾਰਾਂ ਹੈਗੀਆਂ, ਜਰਮਨ ਕਾਰਾਂ ਜਿਹਨਾਂ ਕੋਲੇ ਨੇ ਉਹਨਾਂ ਨੂੰ ਪਤਾ ਹੋਊਗਾ ਵੀ ਲਿਕਰ ਮੌਲੀ ਦਾ ਤੇਲ ਕੀ ਹੁੰਦਾ। ਅੱਛਾ, ਉਹ ਹਾਂ, ਉਹ ਬੰਦੇ ਮਤਲਬ ਵਧੀਆ ਬੰਦਾ ਉਹਦਾ ਹੀ ਤੇਲ ਪਾਓ। ਮੈਂ ਉਹੀ ਤੇਲ ਅੱਜ ਤੱਕ ਪਾਉਂਦਾ ਰਿਹਾ ਇਹ 'ਚ। ਉਹਦੇ ਨਾਲ ਇੰਜਣ ਦੀ ਲਾਈਫ ਵੱਧਦੀ ਹੈ ਬਹੁਤ ਸੋਹਣੀ ਵੀਰੇ, ਬਹੁਤ ਸੋਹਣੀ। ਤੁਸੀਂ ਨੈੱਟ 'ਤੇ ਵੀ ਸਰਚ ਮਾਰ ਕੇ ਦੇਖੋ, ਥੋੜ੍ਹਾ ਜਿਹਾ ਮਹਿੰਗਾ 2-3 ਕੁ ਹਜ਼ਾਰ ਰੁਪਿਆ, ਪਰ ਉਹ ਮਿਲਦਾ ਬਹੁਤ ਘੱਟ ਹੈ ਨੀ ਵੀਰੇ? ਮਿਲਦਾ ਬਹੁਤ ਘੱਟ ਆ ਗੱਲ ਮਤਲਬ ਉਹ ਨਹੀਂ ਹੈਗੀ ਵੀ ਦੋ ਚਾਰ ਹਜ਼ਾਰ ਦੀ ਗੱਲ ਹੈਗੀ ਵੀ ਉਹ ਮਿਲਦਾ ਆਰਡਰ ਤੇ ਮਿਲਦਾ ਪਹਿਲਾਂ ਤੇਲ ਤੁਹਾਡੇ ਕੋਲੇ ਪਿਆ ਹੋਣਾ ਚਾਹੀਦਾ ਮੇਰੇ ਹਿਸਾਬ ਨਾਲ ਤਾਂ ਭਾਈ ਇਸ ਹਿਸਾਬ ਨਾਲ ਤੁਸੀਂ ਅੱਜ ਸਰਵਿਸ ਕਰਾਈ
ਇਹਦਾ ਮਤਲਬ ਇਹੀ ਹੈ ਮੈਂ ਸਾਂਭ ਜਿਵੇਂ ਯਾਰ ਹੁਣ ਇਹੀ ਜਰਮਨ ਕਾਰ ਆ ਹਨਾ, ਹੁਣ ਫੋਕਸਵੈਗਨ ਹੋ ਗਈ, ਸਕੋਡਾ ਹੋ ਗਈ, ਉਹਦੀ ਚਾਚੀ ਤਾਈ ਭੈਣੀ ਆ, ਉਹਦੀ ਤਾਏ ਦੀ ਕੁੜੀ ਆ, ਹਾਂ ਉਹੀ ਆ ਇਹ ਹਨਾ। ਨੋਰਮਲੀ ਮੇਰੇ ਜਿੰਨੇ ਯਾਰਾਂ ਦੋਸਤਾਂ ਕੋਲ ਅੱਜ ਤਾਈ ਬਾਈ ਮੈਂ ਜਰਮਨ ਕਾਰਾਂ ਦੇਖੀਆਂ ਨੇ ਨਾ, ਓਨੀਆਂ ਲਾਈਟਾਂ ਪਤੰਦਰ ਦੀਆਂ ਬਾਹਰ ਨਹੀਂ ਲੱਗੀਆਂ ਜਿੰਨੀਆਂ ਅੰਦਰ ਵਲਦੀਆਂ ਹੁੰਦੀਆਂ। ਤੁਸੀਂ ਟਾਕੀ ਖੋਲ ਕੇ ਭਾਵੇਂ ਦਿਖਾ ਵੀ ਦਿਓ, ਕੋਈ ਕੋਈ ਲਾਈਟ ਕੁਛ ਨਹੀਂ, ਇਹਦਾ ਕੋਈ ਕੁਛ ਵੀ ਨਹੀਂ ਹੈਗਾ ਵੀਰੇ, ਕੁਛ ਨਹੀਂ ਨਹੀਂ, ਇਹ ਰੱਖਣ ਦਾ ਹੀ ਫਰਕ ਹੁੰਦਾ ਯਾਰ। ਉਹਨਾਂ ਦੇ ABS ਦੇ, ਸਟੀਅਰਿੰਗ ਦੇ, ਜੇ ਲਟਰਮ ਬਟਰਮ ਇਲੈਕਟ੍ਰੀਕਲ ਸਾਰੇ ਜਗਦੇ ਹੁੰਦੇ ਨੇ। ਨਹੀਂ ਨਹੀਂ, ਆਪਾਂ ਲਾਈਟਾਂ ਮੀਟਰ ਤੇ ਸਾਰੀਆਂ ਜਗਦੀਆਂ ਦੇਖੀਆਂ ਨੇ। ਮੈਂ ਦੱਸ ਦਿੰਦੇ ਮੈਂ ਹਣੀ ਵੀਰੇ, ਜੇ ਤੇ 10 ਰੁਪਏ ਲੱਗਣੇ ਨੇ ਨਾ ਤਾਂ ਮੈਂ 20 ਲਾਏ ਨੇ ਇੱਥੇ। ਅੱਛਾ, ਮਤਲਬ ਇੰਨੀ ਕੁ ਸਾਂਭ ਕੇ ਰੱਖੀ ਹੋਈ ਆ ਮੈਂ। ਉਹ ਲਾਈਟਾਂ ਕਿਵੇਂ ਜਗਣ ਲੱਗ ਪੈਂਦੀਆਂ ਨੇ, ਸਾਰੀਆਂ ਜਗਣ ਲੱਗ ਪੈਂਦੀਆਂ ਨੇ ਭਾਈ ਉਹਨਾਂ ਦੀਆਂ। ਉਹ ਵੀਰੇ ਸਾਂਭ ਸੰਭਾਲ ਦੀ ਵੀ ਫਰਕ ਹੁੰਦਾ ਗਾ ਬਹੁਤ। ਹਾਂ, ਸਾਂਭ ਸੰਭਾਲ ਦਾ ਬੜਾ ਫਰਕ ਹੁੰਦਾ ਗਾ ਚੀਜ਼ ਤੇ। ਮੈਂ ਪਹਿਲਾਂ ਦੱਸ ਕੇ ਹਟਿਆ ਤੁਹਾਨੂੰ, ਘੋੜੀ ਖਰਖਰਾ ਭਾਲਦੀ ਆ, ਖਰਖਰਾ ਹੀ ਹੁੰਦਾ ਉਹ ਜਿਹੜਾ ਉੱਤੇ ਮਾਰਦੇ ਨੇ, ਉਹ ਰੋਜ਼ ਸਾਫ ਸਫਾਈ ਕਰਦੇ ਨੇ, ਕੁਛ ਹੁੰਦਾ ਹੀ ਹੋਊਗਾ। ਬਸ ਏਦਾਂ ਦਾ ਹੀ ਸਿਸਟਮ ਹੈ ਜੋ ਉਹ ਭਾਲਦੀ ਭਾਈ, ਇਹ ਵੀ ਭਾਲਦੀ ਆ, ਕੁਛ ਨਾ ਕੁਛ ਤਾਂ ਇਹਦੀ ਲਾਈਟ ਲੂਟ ਕੋਈ ਨਹੀਂ ਆਉਂਦੀ। ਨਹੀਂ ਵੀਰੇ, ਕੋਈ ਲਾਈਟ ਨਹੀਂ ਆਉਂਦੀ, ਆਈ ਵੀ ਨਹੀਂ ਕੋਈ, ਏਦਾਂ ਆਈ ਆ ਇੱਕ ਦੋ ਵਾਰ।
ਆਈ ਆ ਮੈਂ ਪਾਰਟ ਜਿਹਾ ਪਵਾਇਆ ਸੀ ਇਹਦਾ, ਇੱਕ ਬਾਈ 1000 ਰੁਪਏ ਦਾ ਪਿਆ ਸੀ, ਉਹਨੂੰ ਪਿਕ ਪੁੱਕ ਅਪ ਦੀ ਇਹਦੀ ਫਰਕ ਪੈ ਗਿਆ ਸੀ ਥੋੜ੍ਹਾ ਜਿਹਾ, ਘੱਟ ਗਈ ਸੀ ਉਹ, ਹਾਂ ਉੱਠਦੀ ਉੱਠਦੀ ਨਹੀਂ ਸੀ, ਮਤਲਬ ਉੱਠ ਕੇ ਕਿੱਥੇ ਕਿੱਥੇ ਚੱਲ ਜਾਂਦੀ ਉੱਦਾਂ, ਉੱਦਾਂ ਤਾਂ ਬਹੁਤ ਭੱਜਦੀ ਹੈ ਇਹ ਹਿਸਾਬ ਲਾ ਲਈ, ਮਤਲਬ 190-200 ਤਾਂ ਮੈਂ ਆਪੀ ਲਾਈ ਹੋਈ ਆ ਇਹ, ਆਪ ਲਾਈ ਉਦੋਂ ਕਾ ਚੱਲ ਜਾਊ, ਨਹੀਂ ਉਹ ਤੋਂ ਗਾਹ ਨਹੀਂ ਜਾਂਦੀ, ਮੈਂ ਲਾਇਆ ਜ਼ੋਰ ਥੋੜ੍ਹਾ ਜਿਹਾ, ਬਾਕੀ ਬੰਦਾ ਡਰਦਾ ਵੀ ਹੁੰਦਾ ਥੋੜ੍ਹਾ ਜਿਹਾ, ਆਪਣੇ ਸੜਕਾਂ ਸੁੜਕਾਂ ਐਵੇਂ ਦੀਆਂ ਨੇ ਥੋੜ੍ਹਾ ਜਿਹਾ ਫਰਕ ਹੈ ਨਾ, ਉਦੋਂ ਗਾਹ ਨਹੀਂ ਜਾਂਦੀ ਹੈ। ਹਾਂ ਮੈਂ 200 ਤੱਕ ਤਾਂ ਮੇਰੇ ਕੋਲ, ਮੈਨੂੰ ਲੱਗਦਾ ਫੋਟੋਆਂ ਹੀ ਪਈਆਂ ਹੋਈਆਂ, ਤੁਸੀਂ ਕੱਟ ਕੇ ਚਾਹੇ ਵਿੱਚ ਲਾ ਦਿਓ, ਮੈਂ ਮੀਟਰ ਦੀ ਫੋਟੋ ਖਿੱਚੀ ਹੋਈ ਹੈ ਯਾਰ, ਇੱਕ ਤਾਂ ਉਹ ਹੈ 200 ਤੱਕ ਤਾਂ ਚੱਲ ਜਾਂਦੀ ਜੱਟ। ਹਾਂਜੀ ਹੈ, ਮੈਂ ਵਿੱਕੀ ਨਾਲ ਗੱਲ ਕਰਦਾ ਸੀ, ਮੈਂ ਕਿਹਾ ਇਹ ਮੋਹਰੇ ਤੁਰੇ ਫਿਰਦੇ ਨੇ ਮਗਰ ਉਹ ਇਹੀ ਨਹੀਂ ਪਤਾ ਲੱਗਦਾ ਅੰਦਰ ਬੈਠਾ ਕੌਣ ਕੌਣ, ਯਾਰ ਸ਼ੀਸ਼ੇ ਕਾਲੇ ਕਰੀ ਫਿਰਦੀ ਹੋ ਸਾਰੇ, ਤਾਂ ਜੇ ਗੱਡੀ ਕਹਿੰਦੀ ਨਿਹਰਾ ਚਲਾਨ ਚੱਕੀ ਫਿਰਦੇ ਹੋ ਤੁਸੀਂ, ਚਲਾਨ ਹੀ ਹੈ ਵੀਰੇ ਬਸ, ਮਤਲਬ ਐਂ ਗਾ ਜੇ ਘਰੋਂ ਤੋਰ ਲਈਏ, ਇੱਕ ਦੋ ਫੋਨ ਪਹਿਲਾਂ ਕਰ ਦੇਣਾ ਪੈਂਦਾ ਵੀ ਬਈ ਅਸੀਂ ਨਿਕਲਣ ਲੱਗੇ ਹਾਂ, ਫੋਨ ਚੱਕ ਲਿਓ ਟਾਈਮ 'ਤੇ ਜੇ ਕਿਤੇ ਲੋੜ ਪੈ ਗਈ, ਮਤਲਬ ਦਿੰਦੇ ਨੇ ਪਏ ਇਹਨੂੰ ਮਾਮੇ ਬਈ, ਦਿੰਦੇ ਨੇ ਮੈਂ ਕਹਿੰਦਾ ਪੈਂਦੇ ਨੇ ਇਹਨੂੰ, ਹੱਥ ਨਹੀਂ ਦਿੰਦੇ ਇਹਨੂੰ, ਇਹਨੂੰ ਪੈਂਦੇ ਕਾਲੇ ਸ਼ੀਸ਼ੇ ਦੇਖ ਕੇ ਕਿੰਨੇ ਪਰਸੈਂਟ ਕਰਾ ਰੱਖੇ, ਇਹ ਜੈੱਡ ਬਲੈਕ ਆ ਵੀਰੇ, ਪ੍ਰੋਪਰ ਜੈੱਡ ਬਲੈਕ, ਪ੍ਰੋਪਰ ਜੈੱਡ ਬਲੈਕ, ਹੁਣ ਦਿਨੇ ਤਾਂ ਯਾਰ ਫੇਰ ਵੀ ਚੱਲ ਮਾੜਾ ਮੋਟਾ ਦੀਦਾ ਬਾਹਰ, ਰਾਤੀ ਥੋੜ੍ਹਾ ਫਰਕ ਪੈਂਦਾ ਬਹੁਤ ਜ਼ਿਆਦਾ, ਹਾਂ ਕਿਉਂਕਿ ਮੈਂ ਫਰੰਟ ਨਹੀਂ ਕਰਾਇਆ ਹੋਇਆ ਨਾ, ਇਹਦਾ ਤਾਂ ਫਰਕ ਪੈਂਦਾ, ਆਪਾਂ ਸਾਈਡਾਂ ਕਰਾਈਆਂ ਹੋਈਆਂ, ਤਾਂ ਸਾਡੀ ਦੀਦਾ ਹੈ ਬਾਹਰ ਰਾਤ, ਨਹੀਂ ਰਾਤ ਤੋਂ ਨਹੀਂ ਦੇਖਦਾ ਵੀਰੇ, ਸਾਈਡ ਗਲਾਸ ਵੀ ਨਹੀਂ ਦੀਦਾ, ਨਹੀਂ ਸਾਈਡ ਗਲਾਸ ਤੋਂ ਥੋੜ੍ਹਾ ਥੋੜ੍ਹਾ ਦੇਖਦਾ, ਮਤਲਬ 10-20% ਲਾ ਲਈ ਫਿਰ ਯਾਰ, ਜੇ ਤੁਹਾਨੂੰ 10% ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਨਾ ਵੀ ਜਿੱਦਾਂ ਇਹਨੂੰ, ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਹਾਂ ਵੀਰੇ, ਆਪਾਂ ਨਾ ਜਿੰਨੇ ਵੀ ਗੇੜੀ ਰੂਟ ਤੁਸੀਂ ਬੰਦਾ ਜਾਂਦਾ ਹੀ ਆ, ਹੁਣ ਥੋੜ੍ਹਾ ਜਿਹਾ ਅਸੀਂ ਘੱਟ ਗਏ, ਫਿਰ ਵੀ ਚਲੋ ਉਮਰ ਦੇ ਲਿਹਾਜ਼ ਨਾਲ ਫਰਕ ਪੈਂਦਾ ਬੰਦੇ, ਹੈ ਨਾ ਥੋੜ੍ਹਾ ਜਿਹਾ ਉਮਰ ਉਵੇਂ ਦੀ ਹੁੰਦੀ ਆ ਬੰਦੇ ਦੀ, 21-22 ਸਾਲ 'ਚ ਵੀ, ਹੈ ਨਾ ਇਹ ਇਹ ਗੱਡੀ ਨੂੰ ਗੇੜੀ ਰੂਟ 'ਤੇ ਮੈਂ ਇੰਨਾ ਕੁ ਪਿਆਰ ਮਿਲਦਾ ਦੇਖਿਆ, ਮਤਲਬ ਵੀ ਆਪਾਂ ਕਹਿ ਲਈਏ ਬੰਦਾ ਰੇਂਜ ਰੋਵਰ 'ਚ ਬੈਠਾ ਹੁੰਦਾ, ਅੱਛਾ, ਅਤੇ ਦੇਖਦਾ ਇਹਦੇ ਵੱਲ ਹੁੰਦਾ, ਅੱਛਾ, ਹਾਂ ਮਤਲਬ ਇਸ ਮੇਰਾ ਵੇਚਣ ਨਾ ਵੇਚਣ ਦਾ ਕਾਰਨ ਹੀ ਇਹੀ ਹੈ, ਇੱਕ ਤਾਂ ਤੁਸੀਂ ਦੇਖਿਆ ਹੋਊਗਾ ਬੀਮਰ ਓਡੀ 'ਚ ਬਹੁਤ ਘੱਟ ਲਾਈ ਟਾਇਰ ਪਾਉਂਦੇ ਨੇ ਬੰਦੇ, ਹਾਂ ਬਾਕੀ ਹੈ ਨਾ, ਅਤੇ ਫਿਲਮ ਵਾਲਾ ਤਾਂ ਇਹ ਤਾਂ ਪਤਾ ਹੀ ਹੈ ਤੁਹਾਨੂੰ, ਮੈਂ ਰਹਿੰਦਾ ਹੀ ਚੰਡੀਗੜ੍ਹ ਦੇ ਹੀ ਕਹਾਣੀ ਕੱਛ 'ਚ ਹਾਂ, ਫਿਰ ਮਤਲਬ ਮੈਨੂੰ ਤਾਂ ਯਾਰ ਮਿੰਟ ਕੁ ਮਗਰੋਂ, ਮੈਂ ਤਾਂ ਵੀਰੇ ਆਹ ਲਾਈਟਾਂ 'ਤੇ ਦੇਖ ਲਓ ਤੁਸੀਂ, ਮਤਲਬ ਖੜ੍ਹੇ ਹੁੰਦੇ ਨੇ, ਮੈਨੂੰ ਮੋਹਾਲੀ ਜਾਣਾ, ਮੈਂ ਤੁਹਾਨੂੰ ਦੱਸੀ ਤਾਂ ਜਾਂਦਾ ਵੀ ਮੈਨੂੰ ਤਾਂ ਫੋਨ ਕਰਕੇ ਨਿਕਲਣਾ ਪੈਂਦਾ ਵੀ ਮੈਂ ਭਾਈ ਨਿਕਲ ਗਿਆ, ਫੋਨ ਚੱਕ ਲਿਓ ਮੇਰਾ ਜੇ ਕਿਤੇ ਲੋੜ ਪਈ, ਇਹਦੇ 'ਚ ਫੀਚਰ ਕਿਹੜੇ ਕਿਹੜੇ ਹੈਗੇ ਕਿ ਲੱਗਦਾ ਯਾਰ ਹੁਣ ਗੱਡੀਆਂ 'ਚ ਆਉਣ ਲੱਗੇ ਤੇ ਸਾਲੀ 'ਚ ਪਹਿਲਾਂ ਹੀ ਆ ਗਏ ਹੈ ਫੀਚਰ ਵੀਰੇ ਇਹ 'ਚ, ਮੈਂ ਤੁਹਾਨੂੰ ਦੱਸਦਾ ਵੀ ਜਰਮਨ ਦੀ ਤੁਸੀਂ ਦੱਸਿਆ ਇਹ ਟੈਕਨੋਲੋਜੀ ਹੈ ਨਾ, ਇਹਦਾ ਇਹਦਾ ਨਾਂ ਵੀ ਚੱਲੀ ਜਾਂਦਾ ਹੁਣ ਤੱਕ ਤੁਹਾਨੂੰ ਪਤਾ ਹੀ ਹੈ ਹੈ ਨਾ, ਫੀਚਰ ਦੀ ਇਹਦੀ ਗੱਲ ਕਰੀਏ, ਹਾਂ ਇਹ ਚੀਜ਼ਾਂ ਹੈਗੀਆਂ ਨੇ ਨੋਰਮਲੀ, ਜਿੱਦਾਂ ਹੁਣ ਗੱਡੀਆਂ 'ਚ ਆਉਣ ਲੱਗੀਆਂ ਨੇ ਇਹ ਚੀਜ਼ਾਂ ਨੋਰਮਲੀ ਨੇ, ਸੈਂਸਰ ਬੈਕ ਸੈਂਸਰ ਕਹਿ ਲਈਏ ਆਪਾਂ ਸਾਈਡਾਂ ਸੂਡਾਂ 'ਤੇ ਯੇ ਵੋ, ਅਤੇ ਆਹ 4 ਡਿਸਕ ਮੈਂ ਕਹਿੰਦਾ ਇਹ ਪਹਿਲਾਂ ਹੀ ਸੀ ਦੇਖ ਲਓ 11 'ਚ ਆਈ ਹੋਈ ਹੈ ਇਹ, ਪਿੱਛੇ ਇਹਦੇ ਡਿਸਕਾਂ ਨੇ, ਜਿਵੇਂ ਮੂਹਰੇ ਵੱਧ ਤੋਂ ਵੱਧ ਖਰਚਾ ਕਿੰਨਾ ਕਰਾਇਆ ਹੋਊ ਅੱਜ ਤਾਈਂ ਗੱਡੀ ਨੇ ਜੇ ਆਪਣੇ 'ਤੇ ਲਵਾ ਤਾ, ਇਹਦੇ 'ਤੇ ਬਹੁਤ ਪੈਸੇ ਲੱਗੇ ਹੋਏ ਨੇ ਹਨੀ ਵੀਰ, ਹਾਂ ਬਹੁਤ ਜ਼ਿਆਦਾ ਪੈਸੇ ਲੱਗੇ ਹੋਏ ਨੇ, ਮਤਲਬ ਇਹਦੀਆਂ ਤੁਸੀਂ ਐਂ ਦੇਖ ਲਓ ਕੋਟਿੰਗ ਕੋਟਿੰਗ ਮੈਂ ਬੜਾ ਕਰਾਉਂਦਾ ਰਹਿੰਦਾ ਇਹਦੀ, 6 ਮਹੀਨੇ ਬਾਅਦ ਇੱਕ ਉਹ ਵੱਜਦੀ ਹੁੰਦੀ ਹੈ ਇਹਦੇ ਤੇ ਸੈਰਾਮਿਕ ਕੋਟਿੰਗ, ਰਿਪੇਅਰ ਵੱਜਦੀ ਹੈ, ਬਿਲਕੁਲ ਬਿਲਕੁਲ, ਇੱਕ ਆਪਾਂ ਕਹਿ ਲਈਏ ਵੀ ਉਹ ਵੀ ਕਰਾਉਣੀਆਂ ਹੈ, ਹਾਂ ਉਹ 6 ਮਹੀਨੇ ਬਾਅਦ ਆਪ ਹੀ ਆਉਂਦਾ ਬੰਦਾ ਮੇਰੇ ਕੋਲੇ, ਅੱਛਾ ਮਤਲਬ ਮੈਨੂੰ ਕਈ ਵਾਰ ਫੋਨ ਕਰਕੇ ਚਲੋ ਸੱਦ ਲੈਂਦੇ ਆ, ਨਹੀਂ ਉਹਨੂੰ ਪਤਾ ਹੀ ਹੈ ਵੀ ਭਾਈ 6-7 ਕੁ ਮਹੀਨੇ ਹੋ ਗਏ ਇਹਦੇ ਤੇ, ਅਤੇ ਇਹ ਮੈਨੂੰ ਜਾਣਾ ਪੈਣਾ, ਹਾਂ ਮੈਨੂੰ ਵੀ ਉੱਥੇ ਆ ਕੇ ਘਰੇ ਆ ਕੇ ਮੁੰਡਾ ਕਰ ਦਿੰਦਾ ਹੈਗਾ, ਬਸ ਐਂ ਖਰਚੇ ਨੇ ਇਹਦੇ, ਖਰਚੇ ਤਾਂ ਹੋਰ ਕੁਛ ਨਹੀਂ ਹੈਗੇ, ਲਾਈ ਟਾਇਰ ਮੈਂ ਪਵਾਏ ਨੇ, ਇਹ ਦੂਜੀ ਟਾਇਰਾਂ ਦੀ ਜੋੜੀ ਆ ਇਹ, ਤੇ ਇਹ ਲਾਈ ਟਾਇਰਾਂ ਦੀ, ਇਹ ਲਾਈ ਟਾਇਰ ਚ ਹੁਣ ਵੀ ਇਹਦੇ ਟਾਇਰ ਇਹ ਮੈਂ ਕਹਿੰਦਾ ਖਤਮ ਹੀ ਨੇ ਯਾਰ, ਐਂ ਜੀ ਆ ਨਹੀਂ ਕਰਦਾ ਜੱਟਾ ਹੁਣ ਜਿਵੇਂ ਗੱਡੀ ਪੁਰਾਣੀ ਹੋ ਗਈ ਕਿ ਯਾਰ ਇਹ ਵੇਚ ਕੇ ਕੋਈ, ਮੈਨੂੰ ਬਹੁਤ ਬੰਦੇ ਕਹਿੰਦੇ ਵੀ ਨੇ, ਮੈਂ ਤੁਹਾਨੂੰ ਦੱਸੀ ਜਾਂਦਾ ਮੇਰੇ ਯਾਰ ਮਿੱਤਰ ਸਰਕਲ ਸੁੱਖ ਨਾਲ ਸੋਹਣਾ ਆ, ਤਾਂ ਨਹੀਂ ਜੀ ਕਰਦਾ ਵੇਚਣ ਨੂੰ ਇਹ,
ਹਾਂ ਮਤਲਬ ਵੀ ਲੋੜ ਪੈਂਦੀ ਆਪਾਂ ਮੈਂ ਫੋਨ ਕਰ ਦਿੰਦਾ ਵੀ ਭਾਈ ਮੇਰੇ ਵਾਲੀ ਤਾਂ ਚੰਡੀਗੜ੍ਹ ਜਾਣੀ ਨਹੀਂ ਹੈਗੀ, ਮਤਲਬ ਵੀ ਮੇਰੇ ਕੋਲ ਗੱਡੀ ਖੜਾ ਜਾਓ ਭਾਈ, ਮੈਨੂੰ ਲੋੜ ਵਾਲੀ ਦੇ ਜਾਓ ਹੈ। ਹਾਂ ਭਾਵੇਂ ਲੈ ਵੀ ਜਾਓ ਭਾਵੇਂ ਮਤਲਬ ਵੀ ਖੜਾ ਜਾਓ ਯਾਰ ਮੇਰੇ ਕੋਲ ਗੱਡੀ, ਠੀਕ ਆ ਕਿ ਲੋੜ ਹੈਗੀ ਆ ਭਾਈ ਹੈ ਇਹ ਗੱਲ। ਮੈਂ ਜੱਟਾ ਹੁਣ ਜਿੱਦਾਂ ਆਹ ਗੱਡੀ ਆ ਹਨਾ, ਇਹ ਤਾਂ ਚੱਲ ਮੰਨ ਲਾ ਫੇਰ ਵੀ ਉਸ ਟਾਈਮ ਇੰਨੇ ਪੈਸੇ ਲਾਤੇ ਹਨਾ, ਇਹ ਤਾਂ ਗੱਡੀ ਤਿਆਰ ਕਰਨ ਤੱਕ ਦੀ ਗੱਲ ਆ। ਹੁਣ ਜੇ ਮੈਂ ਕਲਾਕਾਰੀ ਵਾਲਾ ਕੰਮ ਵੀ ਕਰਦਾ ਹੈ, ਕਲਾਕਾਰੀ ਵਾਲਾ ਖਿੱਚੀ ਜਾਂਦੇ ਵੀਰੇ, ਕਲਾਕਾਰ ਤਿਆਰ ਕਰਨ ਤੇ ਕਿੰਨੇ ਪੈਸੇ ਲੱਗਦੇ? ਕਲਾਕਾਰੀ ਤੇ ਬਹੁਤ ਪੈਸੇ ਲੱਗਦੇ ਨੇ ਬਾਈ, ਬਹੁਤ ਪੈਸੇ ਲੱਗਦੇ ਨੇ ਬੰਦੇ ਨੂੰ ਨਾ। ਮੈਂ ਤੁਹਾਨੂੰ ਦੱਸਦਾ ਹਾਂ ਨਹੀਂ ਵੀਰੇ ਇੱਕ ਗੱਲ ਕੀ ਆ, ਬੰਦਾ ਕਮੈਂਟ ਕਰਦਾ ਥੱਲੇ, ਮੈਂ ਬਾਲੇ ਬੰਦੇ ਇਹ ਚੀਜ਼ਾਂ 'ਚ ਫੇਲ ਹੋਏ ਵੀ ਦੇਖੇ ਨੇ, ਚਲੋ ਮੇਰੀ ਤਾਂ ਹਾਲੇ ਸ਼ੁਰੂਆਤ ਆ। ਕਲਾਕਾਰੀ ਪੈਸੇ ਦੇ ਨਾਲ ਨਾਲ ਮਿਹਨਤ ਬੜੀ ਮੰਗਦੀ ਆ। ਹਾਂ, ਜਿੰਨਾ ਅੱਜ ਦੇ ਟਾਈਮ 'ਚ ਬੰਦੇ ਨੂੰ ਮੈਂ ਕਹੀ ਜਾਂਦਾ ਵੀ ਵਧਿਆ ਹੋਇਆ ਨਾ ਕੰਮ, ਵੀ ਕੰਪੀਟੀਸ਼ਨ ਆਪਾਂ ਕਹਿ ਲਈਏ ਬਹੁਤ ਜ਼ਿਆਦਾ, ਬਹੁਤ ਜ਼ਿਆਦਾ ਵੀਰੇ, ਪੈਰ ਟਿਕਾਉਣੇ ਔਖੇ ਨੇ ਅੱਜ ਦੇ ਟਾਈਮ 'ਚ ਕਲਾਕਾਰੀ 'ਚ। ਪੈਸੇ ਤੁਸੀਂ ਆਹ ਲਾ ਲਓ ਵੀ ਕਰ ਲਿਆ ਹੈ, ਹਾਂ ਕਰੋੜ ਕਰੋੜ ਰੁਪਇਆ ਤਾਂ ਬੰਦੇ ਕੋਲ ਚਾਹੀਦਾ ਜੇ ਬੰਦੇ ਨੇ ਆਪਦੀ ਕਲਾਕਾਰੀ ਦਾ ਸਿਸਟਮ ਸ਼ੁਰੂ ਕਰਨਾ, ਚਾਹੀਦਾ ਆਰਾਮ ਨਾਲ ਚਾਹੀਦਾ ਵੀਰੇ। ਇੱਕ ਜੇਬ ਕੱਢ ਕੇ ਨਹੀਂ ਬੰਦਾ ਹਿੱਟ ਹੁੰਦਾ, ਉਹ ਲੱਕ 'ਤੇ ਵੀ ਹੁੰਦਾ ਸਿਸਟਮ, ਲੱਕ 'ਤੇ ਵੀ ਹੁੰਦਾ ਸਿਸਟਮ, ਨਹੀਂ ਨਹੀਂ ਹਾਂ ਲੱਕ 'ਤੇ ਵੀ ਹੁੰਦਾ ਸਿਸਟਮ। ਬੰਦਾ ਕਹਿੰਦਾ ਵੀ ਇੱਕ ਗਾਣਾ ਕੱਢ ਕੇ ਬਹੁਤ ਬੰਦੇ ਹਿੱਟ ਵੀ ਨੇ, ਆਪਾਂ ਇਹ ਵੀ ਨਹੀਂ ਗੱਲ ਮੈਂ ਕਹਿੰਦਾ ਵੀ ਹਾਂ ਕਰੋੜ ਰੁਪਏ ਹੀ ਲੱਗਦਾ ਆ ਬੰਦੇ ਤੇ। ਹਾਂ, ਜਿਵੇਂ ਸਿੱਧੂ ਚੱਲਿਆ ਸੀ ਵੀਰਾ ਆਪਣਾ, ਉਹ ਚੱਲ ਗਿਆ, ਦੇਖ ਲਓ ਕਿੱਥੋਂ ਚੱਲਿਆ ਸੀ ਵੀਰਾ ਹੈ, ਕਹਿੰਦੇ ਉਹ ਉਸ ਟਾਈਮ ਦੀ ਉੱਥੇ ਕਿਹੜਾ ਗਾਣਾ ਸੋ ਆਈ ਸੀਗਾ, 25,000 ਰੁਪਏ ਦੀ ਵੀਡੀਓ ਕਰੀ ਸੀ ਬਾਈ ਉਹਨਾਂ ਨੇ ਉੱਥੇ। ਦੇਖ ਲਓ ਭਾਈ ਲੱਕ, ਫਿਰ ਦੇਖ ਲਓ ਕਿੱਥੇ ਕਿੱਥੇ ਤਾਂ ਚੱਲਦਾ ਹੈ, ਇੱਕ ਤਾਂ ਚੱਲ ਆਏ ਆ ਭਾਈ, ਰੁਪਈਆ ਕਰੋੜ ਲੱਗਦਾ ਵੀ ਹੋਊਗਾ, ਦੂਜਾ ਮੈਨੂੰ ਦੱਸ ਜਟਾ ਆ ਹੁਣ ਤੇਰੇ ਕੋਲ ਤਾਂ ਪਹਿਲੀ ਉੱਡੀ ਕਰੋੜ। ਮੈਂ ਤੁਹਾਨੂੰ ਦੱਸਦਾ ਕਰੋੜ ਕਿਵੇਂ ਲੱਗਦਾ ਨਹੀਂ ਬਾਈ, ਕਲਾਕਾਰੀ ਤੇ ਕੱਲਾ ਕਰੋੜ ਨਹੀਂ ਲੱਗਦਾ। ਹਾਂ, ਕਲਾਕਾਰੀ ਨਹੀਂ ਕਰੋੜ ਰੁਪਏ ਮੰਗਦੀ। ਮੈਂ ਤੁਹਾਨੂੰ ਦੱਸਦਾ ਬੰਦਾ ਨੇ ਗਾਣਾ ਕੱਢਤਾ, ਹਾਂ ਸੁੱਖ ਨਾਲ ਤੁਹਾਡਾ ਗਾਣਾ ਚੱਲ ਪਿਆ, ਵਧੀਆ ਹੋ ਗਿਆ, ਫਿਰ ਹੁਣ ਤੁਸੀਂ ਚਾਰ ਬੰਦਿਆਂ ਕੋਲੇ ਜਾਣਾ ਵੀ ਆ, ਗੱਡੀ ਵਧੀਆ ਚਾਹੀਦੀ, ਗੱਡੀ ਤਾਂ ਚਲੋ ਵਧੀਆ ਚਾਹੀਦੀ ਹੈ ਬੰਦੇ, ਫਿਰ ਕੱਪੜਾ ਲੀੜਾ ਵੀ ਬੰਦਾ ਥੱਲੇ ਲੈ ਕੇ ਉੱਪਰ ਤੱਕ ਦੇਖਦਾ ਹਨਾ, ਫਿਰ ਅਗਲਾ ਉਤਰਨ ਲੱਗਿਆ ਪਹਿਲਾਂ ਹੱਥ ਮਲਾਉਣ ਲੱਗਿਆ ਬੂਟਾਂ ਗਣੀ ਨਿਗਾਹ ਮਾਰਦਾ, ਉੱਤੋਂ ਲੈ ਕੇ ਥੱਲੇ ਤਾਂ 1,00,000 ਰੁਪਇਆ ਪਹਿਲਾਂ ਪਾਇਆ ਹੋਵੇ ਬੰਦੇ ਦੇ, ਲੱਗਦਾ ਬੰਦੇ ਦਾ, ਫਿਰ ਚਾਰ ਬੰਦਿਆਂ ਕੋਲੇ ਬੈਠਣਾ ਵੀ ਪੈਂਦਾ, ਕਿਤੇ ਕਿਤੇ ਤਾਂ ਸਰ ਜਾਂਦਾ ਵੀ ਬਿੱਲ ਨਹੀਂ ਦੇ ਹੁੰਦਾ ਬੰਦੇ ਤੋਂ ਹੈ ਨਾ, ਕਿਤੇ ਕਿਤੇ ਤਾਂ ਸਾਲਾ ਵੀ ਐਂਗਾ ਵੀ ਆਪ ਨੂੰ ਵੀ ਮੂਹਰੇ ਹੋਣਾ ਪੈਂਦਾ ਬੰਦੇ ਨੂੰ, ਅਗਲਾ ਕਹਿੰਦਾ ਯਾਰ ਵੀ ਮੈਂ ਕਿਸੇ ਕੰਪਨੀ ਕੋਲੇ ਗਿਆ ਜਾਂ ਉਹਨਾਂ ਨੂੰ ਸੱਦਿਆ ਮੈਂ ਕਿਤੇ ਕਾਫੀ ਸ਼ਾਪ 'ਤੇ, ਅਤੇ ਫਿਰ ਬੰਦਾ ਕਹਿੰਦਾ ਯਾਰ ਵੀ ਬਿੱਲ ਨੂੰ ਤਾਂ ਪਿੱਛੇ ਪਿੱਛੇ ਨੂੰ ਜਾਈ ਜਾਂਦਾ, ਉਹ ਇਹ ਚੀਜ਼ਾਂ ਪੈਸੇ ਖਾਂਦੀਆਂ ਨੇ ਹੈਨੀ ਵੀਰੇ। ਮੈਂ ਇਸ ਹਿਸਾਬ ਨਾਲ ਕਹਿੰਦਾ ਵੀ ਕਰੋੜ ਰੁਪਇਆ ਬੰਦੇ ਦੀ ਜੇਬ 'ਚ ਚਾਹੀਦਾ ਯਾਰ, ਵੀ ਮੜਕ ਨਾਲ ਬੰਦਾ ਕਹੇ ਯਾਰ ਵੀ ਹਾਂ ਯਾਰ ਆਪਾਂ ਹੈਗੇ ਹਾਂ, ਤਾਂ ਜੇ ਬੰਦਾ ਕੰਪਨੀ ਦਾ ਬੌਂਡ ਹੋ ਜੇ, ਕੰਪਨੀ ਨਾਲ ਬੌਂਡ ਹੋ ਕੇ ਨਹੀਂ ਹਨੀ ਵੀਰੇ ਨਹੀਂ ਬਣਦਾ ਅੱਜ ਦੇ ਟਾਈਮ 'ਚ ਕਲਾਕਾਰ ਹੈਗਾ ਯਾਰ ਵੀਰੇ, ਬਹੁਤ ਬੰਦੇ ਬੌਂਡ ਵੀ ਨੇ, ਬਹੁਤ ਬੰਦੇ ਸਿਸਟਮ ਜਿਹਾ ਕਰੀ ਜਾਂਦੇ ਨੇ, ਵਧੀਆ ਚੱਲੀ ਜਾਂਦੇ ਨੇ, ਬਹੁਤ ਵਧੀਆ ਕੀ ਕਹਿ ਲਈਏ ਇੰਡੀਵਿਜੂਅਲ ਚੱਲਣਾ ਸੌਖਾ ਕਿ ਕੰਪਨੀ ਨਾਲ। ਮੈਂ ਤੁਹਾਨੂੰ ਦੱਸਦਾ ਵੀਰੇ ਜੇ ਤੁਹਾਡੇ 'ਚ ਟੈਲੈਂਟ ਆ, ਹਾਂ ਫਿਰ ਤਾਂ ਤੁਹਾਨੂੰ ਮੈਟਰ ਨਹੀਂ ਕਰਦੀ ਇਹ ਚੀਜ਼ ਵੀ ਤੁਸੀਂ ਕੰਪਨੀ ਕੋਲ ਜਾਓ ਜਾਂ ਤੁਸੀਂ ਆਪ ਦਾ ਕਰੋ। ਮੈਂ ਹਾਂ ਮੈਂ ਮੇਰੇ ਹੁਣ ਤੱਕ ਗਾਣੇ ਨਹੀਂ ਆਏ, ਮੈਂ ਬਣਾਈ ਜਾਂਦਾ ਪਰ ਮੈਂ ਰਿਲੀਜ਼ ਨਹੀਂ ਹਜੇ ਕਰੇ, ਅਤੇ ਇੱਕ ਦੋ ਕੰਪਨੀਆਂ ਨੇ ਜਿਹੜੇ ਕਹਿੰਦੇ ਨੇ ਵੀ ਕਰਨਾ ਤਾਂ ਕਰ ਲੈ ਆ ਜਾ। ਅੱਛਾ, ਪਰ ਮੈਂ ਮੇਰੀ ਸ਼ੁਰੂ ਤੋਂ ਇਹੀ ਆ ਵੀ ਯਾਰ ਜੇ ਕਰਨਾ ਆਕਾਸ਼ ਤਾਂ ਖੁੱਲ੍ਹਾ ਚੱਲਣਾ, ਨਹੀਂ ਨਹੀਂ ਆਪਦਾ ਕਰ ਲੈਣਾ ਹੈ। ਮੈਂ ਤੁਹਾਨੂੰ ਦੱਸਦਾ ਵੀਰੇ ਕਈ ਸਿੰਗਰ ਮੈਂ ਇਹੋ ਜਿਹੇ ਆਪਣੀ ਮੂੰਹੋਂ ਵੀ ਸੁਣੇ ਨੇ, ਮਤਲਬ ਮੇਰੇ ਨਾਲ ਬੈਠੇ ਨੇ, ਉਹ ਕਹਿੰਦਾ ਯਾਰ ਵੀਰੇ ਕੰਮ ਕੋਈ ਹੁੰਦਾ ਨਹੀਂ ਯਾਰ, ਸਾਨੂੰ ਸੱਦ ਸੱਦ ਕੇ ਸਾਰਾ ਦਿਨ ਔਫਿਸ 'ਚ ਬਿਠਾ ਰੱਖਦੇ। ਅੱਛਾ, ਕਿ ਬੈਠਾ ਹੈ? ਹਾਂ, ਜੇ ਉੱਥੇ ਕਹਿਤਾ ਭਾਈ ਤੂੰ ਇਹ ਗਾਣਾ ਨਹੀਂ ਕਰਨਾ ਤਾਂ ਉਹ ਗਾਣਾ ਨਹੀਂ ਹੋਊਗਾ। ਅੱਛਾ, ਹਾਂ ਜੇ ਉਹਨੂੰ ਕਹਿਤਾ ਵੀ 9 ਵਜੇ ਬਈ ਔਫਿਸ 'ਚ ਆ ਕੇ ਬਹਿ ਜੀ, ਕੰਮ ਕੋਈ ਨਹੀਂ ਹੈਗਾ, ਬਿਠਾਇਆ ਹੋਇਆ ਬੰਦਾ, ਹਰਾਸਮੈਂਟ ਕਰਦੇ ਨੇ, ਮਤਲਬ ਇਹ ਚੀਜ਼ਾਂ 'ਚ ਫਸਣ ਨਾਲੋਂ। ਫਿਰ ਮੇਰੇ ਘਰਦਿਆਂ ਨੇ ਕਿਹਾ ਵੀ ਕੋਈ ਨਾ ਤੂੰ ਆਪਾਂ ਹਿਸਾਬ ਜੀ 'ਚ ਆ ਜਾਈਏ ਥੋੜ੍ਹਾ ਜਿਹਾ,
ਵੀ ਆਪਾਂ ਖੁੱਲ੍ਹਾ ਹੀ ਚੱਲਣਾ ਜੇ ਮੈਂ ਚੱਲੀਏ। ਮੇਰਾ ਇੱਕ ਗਾਣਾ ਆਇਆ ਸੀ ਹੁਣੇ ਤੁਸੀਂ ਸੁਣਿਆ ਹੋਗਾ ਗੁਰਲੇਜ ਮੈਡਮ ਨੇ, ਉਹ ਤਾਂ ਰੀਲਾਂ ਰੂਲਾਂ ਸੁੱਕਣਾ ਬਾਬਾ ਬਣੀ ਵਧੀਆ ਬਣੀਆਂ ਹੋਈਆਂ ਨੇ। ਹਾਂ 10,000 ਰੀਲ ਬਣੀ ਹੋਈ ਹੈ, 10,000 ਰੀਲ ਕੱਢ ਗਿਆ ਗਾਣਾ ਵਧੀਆ ਸਿਸਟਮ। ਅੱਜ ਦਾ ਟਾਈਮ ਇਦਾਂ ਦਾ ਜਿਹੜਾ ਗਾਣਾ ਇੰਸਟਾਗ੍ਰਾਮ ਤੇ ਚੱਲ ਪਿਆ ਭਾਈ ਸਾਹਿਬ ਸੋ ਚੱਲ ਪਿਆ ਰੀਲਾਂ ਤੇ ਅੱਜ ਕੱਲ ਆਪਾਂ ਕਹਿ ਲਈਏ ਵੀ ਪ੍ਰੋਮੋਸ਼ਨ ਬੰਦਾ ਕਰ ਉੱਤੇ ਕੱਢਦਾ ਭਾਈ, ਇਹਨੂੰ ਫੋਲੋ ਜ਼ਰੂਰ ਕਰੋ। ਬਾਕੀ ਤਿਆਰ ਆ ਸਿਸਟਮ, ਆਪਾਂ ਤਿਆਰ ਕਰੀ ਬੈਠੇ ਆ ਅਸਲਾ ਪੂਰਾ। ਹਾਂ ਕਰਤੇ ਨਾਲ ਲਈ ਬਸ ਚੱਕ ਦੇਣੇ ਫੱਟੇ ਹਣੀ ਭਾਈ ਗੱਲ ਸੀ ਜੱਟਾ। ਹਾਂਜੀ ਪੈਸਾ ਕੰਮ ਆਉਂਦਾ, ਹਾਂਜੀ ਟੈਲੈਂਟ ਕੰਮ ਆਉਂਦਾ, ਹਾਂਜੀ ਯਾਰੀ ਦੋਸਤੀ ਕਿੰਨੀ ਕੁ ਮਾਇਨੇ ਰੱਖਦੀ, ਕਿੰਨੀ ਕੰਮ ਆਉਂਦੀ ਆ ਯਾਰੀ ਦੇ ਮਾਇਨੇ? ਬਈ ਜੇ ਹਣੀ ਵੀਰੇ ਹੱਥ ਤੋਂ 3-4 ਸਾਲ ਪਹਿਲਾਂ ਦੀ ਗੱਲ ਪੁੱਛੇ ਤਾਂ ਕੁਛ ਹੋਰ ਸੀਗੇ, ਠੀਕ ਆ। ਜਿਵੇਂ ਜਿਵੇਂ ਬੰਦੇ ਨੂੰ ਬੰਦੇ ਦੀ ਉਮਰ ਵੱਧਦੀ ਆ ਉਵੇਂ ਕਹਿੰਦੇ ਬੰਦੇ ਨੂੰ ਅਕਲ ਆਉਂਦੀ ਆ, ਸਰਕਲ ਦਾਇਰਾ ਬਹੁਤ ਛੋਟਾ ਹੋ ਜਾਂਦਾ ਬੰਦਾ। ਅੱਜ ਕੱਲ੍ਹ ਦੀਆਂ ਯਾਰੀਆਂ ਮੈਨੂੰ ਨਹੀਂ, ਮੈਂ ਨਹੀਂ ਮੰਨਦਾ ਹੈਗਾ ਵੀ ਨਹੀਂ, ਮੈਂ ਸਿਸਟਮ ਮੇਰੇ ਹਿਸਾਬ 'ਚ ਨਹੀਂ ਆਇਆ ਕੰਮ। ਉਹ ਝਿੰਜਰ ਦਾ ਗਾਣਾ ਨਹੀਂ, ਰੱਬਾ ਤੇਰੀ ਦੁਨੀਆਦਾਰੀ ਸਾਨੂੰ ਆਈ ਰਾਸ ਨੇ, ਮਤਲਬ ਉਹ ਹਿਸਾਬ ਹੈ ਵੀ ਮੇਰੇ ਨਹੀਂ ਹਿਸਾਬ 'ਚ ਨਹੀਂ ਆਇਆ, ਹਿਸਾਬ 'ਚ ਨਹੀਂ ਆਇਆ ਕੰਮ ਹੈਗਾ ਆ। ਹੁਣ ਸਰਕਲ ਬਹੁਤ ਛੋਟਾ ਆ, ਆਹ ਦੋ ਮੁੰਡੇ ਆ ਨਾਲ ਹੀ ਨੇ ਬਾਈ ਨਾਲ ਆਏ ਜਿਹੜੇ, ਹਾਂ ਭਵਨ ਤੇ, ਹਾਂ ਤੇ ਇੱਕ ਮੇਰਾ ਯਾਰ ਬਿੱਲਾ ਆ, ਅੱਛਾ, ਤੇ ਇੱਕ ਮੇਰਾ ਜੱਸਾ ਆ। ਬਸ ਮਤਲਬ ਵੀ ਸਰਕਲ ਵੱਡਾ ਸੀ, ਛੋਟਾ ਹੋ ਗਿਆ ਬਹੁਤ ਟਾਈਮ ਨਾਲ, ਹੋ ਗਿਆ ਟਾਈਮ ਨਾਲ ਹੋ ਗਿਆ ਕਹਿ ਲਓ, ਅਕਲ ਨਾਲ ਹੋ ਗਿਆ। ਵੀ ਇਹ ਚੀਜ਼ਾਂ ਬਾਅਦ 'ਚ ਪਤਾ ਲੱਗਦੀਆਂ ਨੇ ਬੰਦੇ ਨੂੰ, ਕੌਣ ਤੁਹਾਡੇ ਮਾੜੇ ਟਾਈਮ 'ਚ ਕੌਣ ਖੜਾ ਆ ਕੌਣ ਨਹੀਂ, ਉਹ ਚੀਜ਼ਾਂ ਬਾਅਦ 'ਚ ਸਿਸਟਮ। ਭਾਈ ਭਾਈ ਚੜ੍ਹਦੀ ਕਲਾ 'ਚ ਤਾਂ ਬਹੁਤ ਤੁਹਾਡੇ ਹੁੰਦੇ ਨੇ ਬੰਦੇ, ਮੈਂ ਕਹਿੰਦਾ ਘਰੇ ਵੀ ਲੈਣ ਆ ਜਾਂਦੇ ਨੇ ਜਿਸ ਟਾਈਮ ਤੂੰ ਗੱਡੀ ਲਈ ਆ, ਉਸ ਟਾਈਮ ਮੈਨੂੰ ਲੱਗਦਾ ਸ਼ਾਇਦ ਇਹ ਗੱਡੀ ਆਪਦੇ ਸਰਕਲ 'ਚ ਕਿਸੇ ਕੋਲ ਹੋਊ ਉਦੋਂ। ਮੈਂ ਕਹਿੰਦਾ ਕਿਸੇ ਕੋਲ ਵੀ ਨਹੀਂ ਸੀਗੀ ਉਸ ਟਾਈਮ, ਹਾਂ ਮੈਂ ਸਕੂਲ ਲੈ ਕੇ ਜਾਂਦਾ ਸੀ ਵੀਰੇ ਇਹ, ਹਾਂ ਮੈਂ +1 +2 'ਚ ਨਹੀਂ ਹੈ, ਮੈਂ ਹਾਂ ਮੈਂ +2 'ਚ ਪੂਰੀ ਲੈ ਕੇ ਗਿਆ ਇਹ, +2 'ਚ ਮੇਰੇ ਕੋਲ ਪੂਰੀ। ਮੈਂ ਕਿਸੇ ਹੋਰ ਕੋਲ ਸੀ ਉਦੋਂ, ਕਿਸੇ ਕੋਲ ਵੀ ਨਹੀਂ ਸੀ ਸਾਡੀ ਗੱਡੀ ਉਦੋਂ, ਸਰ ਕੋਲ ਸੀਗੀਆਂ ਮਤਲਬ ਕਰੂਜ਼ ਸੀ ਮੇਰੇ ਫਰੈਂਡ ਕੋਲ, ਕਿਸੇ ਫਰੈਂਡ ਕੋਲ ਕਰੂਜ਼, ਹੋਰ ਕੋਈ ਵਧੀਆ ਗੱਡੀ ਲਗਜ਼ਰੀ ਕਾਰ ਕਿਸੇ ਕੋਲ ਨਹੀਂ, ਕਿਸੇ ਕੋਲ ਨਹੀਂ ਸੀਗੀ, ਮਤਲਬ ਉਹ ਉਦੋਂ ਆ ਸਭ ਤੋਂ ਟੌਪ ਵਾਲੀ ਗੱਡੀ ਸੀ ਆਪਾਂ ਕਹਿ ਸਕਦੇ ਹਾਂ, ਮਤਲਬ ਵੀ ਹਾਂ ਮਤਲਬ ਮੇਰੇ ਬਾਪੂ ਨੇ ਵਧੀਆ ਸਿਸਟਮ ਜਿਹਾ ਰੱਖਿਆ ਮੇਰਾ ਸ਼ੁਰੂ ਤੋਂ ਹੀ, ਮਤਲਬ ਵੀ ਠੀਕ ਹੀ ਰਿਹਾ ਕੰਮ ਵਧੀਆ, ਮਤਲਬ ਜਿਹੜੀ ਚੀਜ਼ ਆਪਾਂ ਕਹਿਤੀ ਆਪਾਂ ਨੂੰ ਕਦੇ ਮੋੜ ਕੇ ਨਹੀਂ ਦਿੱਤਾ ਹੈਗਾ ਜਵਾਬ ਵੀ ਬੰਦਾ ਕਹੇ ਵੀ। ਜਿਵੇਂ ਕਹਿ ਲਓ ਉਸ ਟਾਈਮ ਮੰਨ ਲਓ ਇਹ ਗੱਡੀ ਦੀ ਚੜ੍ਹਾਈ ਸੀਗੀ ਬਹੁਤ ਜ਼ਿਆਦਾ ਸੀ ਬਾਈ ਜੀ, ਅੱਜ ਤੱਕ ਹਨੀ ਵੀਰੇ ਅੱਜ ਤੱਕ ਚੜ੍ਹਾਈ ਹੈ ਇਹਦੀ, ਮੈਂ ਮੰਨਦਾ ਯਾਰ ਇਹ ਚੀਜ਼ ਨੂੰ। ਮੈਂ ਤੁਹਾਨੂੰ ਦੱਸਿਆ ਨਾ ਵੀ ਗੇੜੀ ਰੂਟ 'ਤੇ, ਮੈਂ ਕਹਿੰਦਾ ਬੰਦਾ ਰੇਂਜ ਰੋਵਰ 'ਚ ਬੈਠ ਕੇ ਜੇ ਮੇਰੀ ਗੱਡੀ ਵੱਲ ਦੇਖਦਾ ਆ ਤਾਂ ਇਹਦੀ ਚੜ੍ਹਾਈ ਆ, ਮੈਂ ਮੰਨਦਾ ਤਾਂ ਹੈ। ਹਾਂਜੀ ਤੇ ਮਤਲਬ ਬਾਈ ਇਹ ਗੱਡੀ ਨੇ ਯਾਰੀਆਂ ਦੋਸਤੀਆਂ ਕਿੰਨੀਆਂ ਗਲਵਾਈਆਂ ਹੋਣਗੀਆਂ ਬਹੁਤ ਬਾਈ, ਐਂ ਲੱਗਦਾ ਕਿ ਗੱਡੀਆਂ ਦੇਖ ਕੇ ਯਾਰੀਆਂ ਦੋਸਤੀਆਂ ਲੱਗਦੀਆਂ। ਇਹ ਵੀ ਗੱਲ ਆ, ਮੈਂ ਤੁਹਾਨੂੰ ਦੱਸਦਾ ਤੁਸੀਂ, ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਕਦੇ ਵੀ ਰੇਂਜ ਰੋਵਰ ਵਾਲਾ ਸਪਲੈਂਡਰ ਨਾਲ ਯਾਰੀ ਨਹੀਂ ਲਾਊਗਾ ਸਪਲੈਂਡਰ ਵਾਲੇ ਬੰਦੇ ਨਾਲ, ਤੁਸੀਂ ਆਹ ਹਿਸਾਬ ਸਹੀ ਹੈ ਨਾ ਗੱਲ। ਜੇ ਤੁਹਾਡੇ ਕੋਲ ਰੇਂਜ ਰੋਵਰ ਆ, ਤੁਹਾਡੇ ਕੋਲ ਡਿਫੈਂਡਰ ਆ, ਤੁਹਾਡੇ ਕੋਲ BM ਆ, ਤੁਸੀਂ ਕਹੋਗੇ ਮੈਂ ਸਪਲੈਂਡਰ ਵਾਲੇ ਤੋਂ ਕੀ ਲੈਣਾ ਯਾਰ। ਹਾਂ ਪਰ ਆਪਾਂ ਇਹ ਚੀਜ਼ਾਂ ਨਿਭਾਈਆਂ ਨੇ, ਹਾਂ ਮੇਰੇ ਸਰਕਲ 'ਚ ਪੁੱਛ ਲਿਓ, ਮੈਂ ਕਦੀ ਵੀ ਜਿੰਨੇ ਵੀ ਬੰਦੇ ਹੁਣ ਛੱਡੇ ਨੇ ਹਣੀ ਵੀਰੇ, ਮੈਂ ਆਪਦੇ ਵੱਲੋਂ ਕੋਈ ਨਹੀਂ ਛੱਡਿਆ। ਅੱਛਾ ਜਿੰਨੇ ਮੈਨੂੰ ਛੱਡ ਕੇ ਗਏ ਨੇ ਪਹਿਲਾਂ ਉਹਨਾਂ ਨੇ ਪਹਿਲ ਕੀਤੀ ਆ ਤੇ ਆਪਾਂ ਦੂਜ ਫਿਰ ਆਪਾਂ ਕਰੀ ਆ। ਵੈਸੇ ਜੱਟਾ ਦੇਖ ਇਹ ਤਾਂ ਚੱਲ ਤੇਰੇ ਟੱਬਰ ਤੋਂ ਹਨਾ ਤੇਰੇ ਨਾਲ ਚੀਜ਼, ਹਾਂਜੀ ਐਂ ਲੱਗਦਾ ਕਿ ਜਦੋਂ ਕੋਈ ਬੰਦਾ ਮੰਨ ਲਓ ਹਰ ਬੰਦਾ ਸ਼ੁਰੂ ਤੋਂ ਅਮੀਰ ਨਹੀਂ ਹੁੰਦਾ, ਜੰਮਦਾ ਤਾਂ ਕੋਈ ਅਮੀਰ ਨਹੀਂ ਹੁੰਦਾ, ਕੋਈ ਵੀ ਨਹੀਂ ਹੁੰਦਾ ਵੀਰੇ। ਹਾਂ ਪਰ ਸੌਖਾ ਹੁੰਦਾ ਬੰਦਾ ਥੋੜਾ ਜਿਹਾ, ਹਾਂ ਜਦੋਂ ਬੰਦੇ ਦੇ ਪੈਰ ਮੜ ਜੇ ਐ ਹੁੰਦੇ ਆ, ਐਂ ਲੱਗਦਾ ਲੋਕੀ ਪੈਰ ਛੱਡਦੇ ਨੇ ਛੇਤੀ। ਛੱਡੇ ਨੇ ਮੇਰੇ ਨਾਲ ਦਿਆਂ ਨੇ ਬੜੇ ਛੱਡੇ ਨੇ, ਹਾਂ ਕਈਆਂ ਨੇ। ਹੁਣ ਸਾਡੇ ਸੁੱਖ ਨਾਲ ਇੱਥੇ 8-10 ਕਰੋੜ ਰੁਪਏ ਦਾ ਕਿੱਲਾ ਆ ਹਨੀ ਬਈ, ਹੈ ਹਾਂ ਆਪਣੇ ਇੱਥੇ ਆ ਪਿੱਛੇ ਆ ਆ ਸਾਰਾ 8-10 ਕਰੋੜ ਦੇ ਕਿੱਲੇ ਨੇ ਇਹ ਸਾਰੇ ਸਾਰੇ। ਮੈਂ ਕਹਿੰਦਾ ਤੁਸੀਂ ਹਿਸਟਰੀ ਉਹ ਪੁੱਛ ਲਿਓ ਇੱਥੋਂ, ਮਤਲਬ ਮੇਰੇ ਨਾਲ ਦੇ ਇਹੋ ਜਿਹੇ ਵੀ ਸੀਗੇ ਕਈ ਬੰਦੇ ਜਿਹਨਾਂ ਨੇ ਜ਼ਮੀਨਾਂ ਵੇਚਤੀਆਂ, ਅਸੀਂ ਵੇਚੀ ਆ ਇਹੋ ਜਿਹੀ ਗੱਲ ਨਹੀਂ,
ਆਪਣੀ ਹੀ ਵਿਖੀ ਆ ਪਹਿਲੇ ਟਾਈਮਾਂ ਚ, ਹੁਣ ਵੀ ਹੈਗੀ ਆਪਣੇ ਕੋਲ ਇਹੋ ਜਿਹੀ ਗੱਲ, ਤਿੰਨ ਚਾਰ ਕਿੱਲੇ ਜਿੱਥੋਂ ਡਿਫੈਂਡਰ ਲੈਣ ਜੋਗੀ ਹੈਗੀ ਹੈਗੀ ਆ ਡਿਫੈਂਡਰ ਜੋਗੇ ਹੈਗੇ ਆਪਾਂ, ਜਿੱਥੇ ਆਪਾਂ ਖੜੇ ਸੀ ਪਹਿਲਾਂ ਪਿੱਛੇ ਉਹ 3-3.5 ਕਿੱਲੇ ਆਪਣੀ ਨੇ ਰੋਡ ਤੇ ਚੰਡੀਗੜ੍ਹ ਮੁੰਡਾ ਅੱਡੇ ਨਾਲ ਲੱਗਦੀ ਜ਼ਮੀਨ ਵਰਗਾ, ਮਤਲਬ ਇਹਦੀ ਸੱਚੀ ਅੱਡੇ ਨਾਲ ਜ਼ਮੀਨ ਲੱਗਦੀ ਆ ਭਾਈ, ਹੈ ਕੋਈ ਇਹੋ ਜਿਹੀ ਗੱਲ ਨੀ। ਹਾਂ ਆਪਣਾ ਪੁੱਛ ਵੀ ਸਕਦੇ ਆ ਲਾਂਡਰਾ ਮੇਰਾ ਪਿੰਡ ਆ, ਇਹਨੂੰ ਮੈਸੇਜ ਆਉਣਗੇ ਇੰਸਟਾਗ੍ਰਾਮ ਤੇ ਹੁਣ ਕੁੜੀਆਂ ਦੇ ਮੁੰਡਾ ਅੱਡੇ। ਹਾਂ ਸਹੀ ਗੱਲ ਹੈ ਇਹ ਚੀਜ਼ਾਂ। ਹਾਂ ਬੰਦੇ ਮੈਂ ਤੁਹਾਨੂੰ ਦੱਸਦਾ ਹੈ ਨੀ ਵੀਰੇ, ਬੰਦੇ ਟਾਈਮ ਦੇਖ ਕੇ ਬਹੁਤ ਕੁਛ ਬਦਲਦਾ ਵੀ ਰਹਿੰਦਾ। ਅੱਛਾ ਮੈਂ ਉਹੀ ਗੱਲ ਤੁਹਾਨੂੰ ਦੱਸੀ ਨਾ, ਪਹਿਲਾਂ ਮੈਂ ਪਹਿਲ ਨਹੀਂ ਕਰੀ ਯਾਰ, ਪੈਰ ਛੱਡਦੇ ਨੇ ਬੰਦੇ ਉਦਾਂ, ਹੈ ਛੱਡਦੇ ਨੇ ਬਾਈ ਛੱਡਦੇ ਨੇ ਬਹੁਤ ਬਹੁਤ ਛੱਡਦੇ। ਹਾਂ ਪਰ ਆਪਾਂ ਨਹੀਂ ਕਦੇ ਛੱਡਿਆ, ਗੱਡੀ ਵੱਡੀ ਆਉਣ ਨਾਲ ਬੰਦੇ ਦਾ ਦਿਮਾਗ ਖਰਾਬ ਹੁੰਦਾ, ਪੈਸਾ ਆਉਣ ਨਾਲ ਦਿਮਾਗ ਖਰਾਬ ਹੁੰਦਾ, ਬਹੁਤ ਵੱਡੇ ਸਿੰਗਰ ਨੇ ਉਹ, ਦੋ ਤਿੰਨ ਬੰਦੇ ਨੇ ਮੇਰੇ ਕੋਲ ਫੈਸਟਾ ਹੁੰਦੀ ਸੀ ਉਦੋਂ, ਮੈਂ ਤਾਂ ਜਮੀ ਛਲਾਰੂ ਜਿਹਾ ਹੁੰਦਾ ਸੀ, ਮਤਲਬ ਆਪਾਂ ਕਹਿ ਲਈਏ ਨਿਆਣੀ ਮੱਤ ਜਮੀ। ਉਹ ਯਾਰ ਬੰਦੇ ਮੇਰੀ ਗੱਡੀ ਚ, ਚਲੋ ਆਪਾਂ ਐਂ ਨਹੀਂ ਕਹਿਣਾ ਚਾਹੀਦਾ ਚਲੋ ਗੱਡੀ ਆ ਸਾਲੀ ਲੋਹਾ ਆ, ਆਪਾਂ ਇਹ ਚੀਜ਼ ਕਦੇ ਮੰਨੀ ਨਹੀਂ ਵੀ ਹਨਾ ਯਾਰੀ ਦੋਸਤੀ ਅੱਗੇ, ਪਰ ਜਿਵੇਂ ਤੁਸੀਂ ਗੱਲ ਕਰੀਏ ਪੈਰ ਛੱਡਣ ਦੀ, ਬਈ ਹੁਣ ਉਹ ਡਿਫੈਂਡਰਾਂ ਚੱਕੀ ਫਿਰਦੇ ਨੇ ਅਤੇ ਮੈਨੂੰ ਕਦੇ ਨਹੀਂ ਉਹਨਾਂ ਨੇ ਪੁੱਛਿਆ ਹੈਗਾ। ਮੈਂ ਆਪਦੀ ਗੱਡੀ, ਮਤਲਬ ਮੈਂ ਜਵਾਕ ਵੀ ਹੁੰਦਾ ਸੀ ਉਦੋਂ ਮੇਰੇ ਕੋਲ ਲੈ ਕੇ, ਯਾਰੀ ਦੋਸਤੀ ਵੀ ਸੀਗੀ ਇਹੋ ਜਿਹੀ ਗੱਲ, ਮਤਲਬ ਵੀ ਆਪਾਂ ਐਂ ਨਹੀਂ ਕਹਿੰਦੇ ਮੇਰੀ ਗੱਡੀ ਕਰਕੇ ਹੀ ਉਹ ਬੰਦਿਆਂ ਨੇ ਪੈਰ ਛੱਡੇ ਨੇ, ਕਲਾਕਾਰੀ ਮੇਰੀ ਮੇਰੇ ਨਾਲ ਕਲਾਕਾਰੀ ਰਹੇ ਨੇ ਸ਼ੁਰੂ ਤੋਂ, ਮੈਂ ਤੁਹਾਨੂੰ ਦੱਸਦਾ ਵੀਰੇ ਸ਼ੁਰੂ ਤੋਂ ਹੀ ਸਰਕਲ 'ਚ ਮੇਰੀ ਕਲਾਕਾਰੀ ਨਾਲ ਹੀ ਵਾਹ ਵਾਸਤਾ। ਡਿਫੈਂਡਰਾਂ ਦਾ ਬੜਾ ਲਿਮਿਟਡ ਕਲਾਕਾਰਾਂ ਕੋਲੋਂ ਨਹੀਂ, ਆਪੇ ਲੱਭ ਲੈਣੇ ਆ। ਨਹੀਂ ਨਹੀਂ ਉਹ ਹੁਣ ਭਰਾਵਾ ਮੈਨੂੰ ਮੈਸੇਜ ਨਾ ਪਾਉਣ ਲੈ ਜੇ ਜਿਹੜਾ ਤੂੰ ਸਾਡਾ ਨਾਂ ਲੈਂਦਾ ਹੈ, ਓਏ ਉਹ ਵਿੱਕੀ ਮਗਰਲੀ ਸੀਟ ਤੇ ਆ ਜਾ, ਜਿਹੜਾ ਡਰਾਈਵਰ ਸੀਟ ਤਾਂ ਮੜ ਜਾ, ਗੱਡੀ ਗੇੜਾ ਹੀ ਮਰਾ ਦੇ, ਇਹਦਾ ਇੱਕ ਕੈਰੀ ਹੈ ਆ ਜਾਓ ਵੀਰੇ, ਹੈ ਮੈਂ ਤਾਂ ਆਪਣੀ ਗੱਡੀ 'ਚ ਬੈਠਾ ਹਾਂ, ਮੈਂ ਵਿੱਚ ਨਹੀਂ ਬੈਠਾ ਇਹਦੇ। ਹੁਣ ਬਾਈ ਮੈਂ ਉੱਦਾਂ ਦੀਆਂ ਆਡੀਆਂ 'ਚ ਬਹੁਤ ਬੈਠਾ ਜਿਹੜੀਆਂ ਲੋਕਾਂ ਨੇ ਭਾਈ ਉਦੋਂ ਲਈਆਂ ਨੇ ਕਿ ਜਦੋਂ ਇਹਨਾਂ ਦਾ ਰੇਟ ਬਾਈ 3 ਲੱਖ ਦੀ ਮਿਲ ਗਈ, ਜਦੋਂ 4 ਦੀ ਮਿਲ ਗਈ, 5 ਦੀ ਮਿਲ ਗਈ, ਉਹ ਆ ਜਿਹੜੀ ਏਜੰਸੀ ਉਹ ਕਢਾਈ ਹੋਈ ਆ ਸਾਰੀਆਂ, ਹੁਣ ਵੀ ਮਿਲਦੀਆਂ ਨੇ ਮੈਨੂੰ ਕਈ ਬੰਦੇ ਕਹਿੰਦੇ ਨੇ, ਮੈਂ ਦੱਸ ਦਿੰਦਾ ਵੀ ਯਾਰ ਬਾਹਰ ਤਾਂ ਦੀਦਾ ਹੀ ਕੁਛ ਨਹੀਂ, ਉਹ ਕੁਛ ਨਹੀਂ, ਮੈਂ ਦੱਸਦਾ ਕਈ ਬੰਦੇ ਕਹਿੰਦੇ ਨੇ ਯਾਰ ਮੇਰੇ ਕੋਲ ਮੈਂ ਫਾਰਚੂਨਰ ਲਈ ਆ ਬਾਈ 40-50 ਲੱਖ ਰੁਪਏ, ਇਹਦੇ ਕੋਲ 4 ਲੱਖ ਵਾਲੀ ਗੱਡੀ ਆ, ਮੈਂ ਕੀ ਇਹ ਇਹਦਾ ਕੀ ਮੁਕਾਬਲਾ ਮੇਰੇ ਅੱਗੇ। ਗੱਲ ਸਹੀ ਵੀ ਆ ਹਨੀ ਵੀਰੇ, ਇਹ ਕੋਈ ਇਹੋ ਜਿਹਾ ਝੂਠ ਨਹੀਂ ਹੈਗਾ, ਸੱਚੀ ਇਹਦੀ ਵਿਚਾਰੀ ਦੀ ਹੁਣ ਕੀਮਤ ਜੇ ਆਪਾਂ ਕਹਿ ਲਈਏ 5-6 ਲੱਖ ਰੁਪਏ ਦੀ ਮਸਾਂ ਹੀ, ਹਾਂ ਉਨੀ ਕਿ ਰਹਿ ਗਈ, ਚਲੋ ਜੇ ਆਪਾਂ ਗੱਡੀ ਸਾਫ਼ ਰੱਖੀ ਹੋਈ ਆਪਾਂ ਨੂੰ 1 ਲੱਖ ਖੰਡ ਵੱਧ ਮਿਲ ਜੂਗਾ, ਹਨਾ, ਤੇ ਇਹੋ ਜਿਹੀਆਂ ਚੀਜ਼ਾਂ ਮਤਲਬ ਵੀ ਫਿਰ ਮੈਨੂੰ ਮਾਣ ਇਸ ਗੱਲ ਤੇ ਹੁੰਦਾ ਆ ਵੀ ਯਾਰ ਮੇਰੀ ਗੱਡੀ ਚ ਇਹ 2 ਲੱਖ ਰੁਪਏ ਦੀ ਆ, ਮੇਰੀ ਗੱਡੀ ਵੱਲ ਲੋਕ ਦੇਖਦੇ ਨੇ। ਹਾਂ ਇਹ ਤਾਂ ਹੈ, ਹਾਂ ਇਹੋ ਜਿਹੀਆਂ ਚੀਜ਼ਾਂ ਨੇ, ਬਸ ਇਹ ਚੀਜ਼ਾਂ ਆਪਾਂ ਖਿੱਚੀ ਫਿਰਦੀਆਂ ਨੇ ਹੁਣ ਤੱਕ। ਉਹ ਯਾਰ ਮੇਰੇ ਬਾਪੂ ਦੀ ਨਿਸ਼ਾਨੀ ਆ ਇਹ ਤਾਂ ਕਰਕੇ ਆ, ਹਾਂ ਮੇਰੇ, ਹਾਂ ਫਾਦਰ ਸਾਹਿਬ ਹੁਣੇ 2021 ਚ ਐਕਸਪਾਇਰ ਹੋਏ ਨੇ। ਅੱਛਾ, ਤੇ ਉਹਨਾਂ ਦੀ ਨਿਸ਼ਾਨੀ ਆ, ਤੇ ਇਹ ਵੀ ਗੱਡੀ ਆਪਾਂ ਐਂ ਕਹਿ ਲਈਏ ਵੀ ਹਨੀ ਵੀਰੇ ਆਪਾਂ ਇਹ ਕਦੇ ਵੇਚਣੀ ਨਹੀਂ ਹੈਗੀ ਗੱਡੀ, ਐਂ ਰੱਖਣੀ ਆ, ਐਂ ਰੱਖਣੀ ਆ, ਚਾਹੇ ਇਹਨੂੰ ਇਹਨੂੰ ਜਿਵੇਂ ਮਰਜ਼ੀ ਕਰਕੇ ਇੱਕ ਸਾਈਡ ਤੇ ਲਾ ਕੇ ਖੜਾ ਦਈਏ ਚਾਹੇ, ਪਰ ਆਪਾਂ ਕਦੇ ਇਹ ਨਹੀਂ ਹੋਊਗਾ ਵੀ ਇਹ ਗੱਡੀ ਸਾਨੂੰ ਕਦੇ। ਹੁਣ ਚਲ ਪਰਮਾਤਮਾ ਤੇਰੇ ਘਰੇ ਸੁਪਨੇ ਪੂਰੇ, ਮੰਨ ਲਾ ਕਹਿ ਲੂ ਕਲਾਕਾਰੀ ਦੇ ਵਿੱਚ ਬੰਦਾ ਸਾਡਾ ਕੁਛ ਕਰਦਾ ਮੰਨ ਲਓ, ਹਾਂਜੀ ਇਹ ਘਰੇ ਖੜੀ ਆ, ਹਾਂਜੀ ਹੋਰ ਗੱਡੀ ਕਿਹੜੀ ਐ ਦਿਮਾਗ 'ਚ ਘੁੰਮਦਾ ਕਿ ਬਾਈ ਆਪਾਂ, ਮੈਂ ਸੁਣਦਾ ਮੇਰੀ ਗਰਾਰੀ ਫਸੀ ਹੋਈ, ਮੈਂ ਡਿਫੈਂਡਰ ਲੈਣੀ। ਅੱਛਾ, ਮੈਂ ਡਿਫੈਂਡਰ ਲੈਣੀ ਓ ਲੈਣੀ ਆ, ਜੋ ਮਰਜ਼ੀ ਹੋ ਜੇ ਉਹ, ਚਾਹੇ ਆਪਾਂ ਹੁਣ ਆਉਣ ਵਾਲੇ 1 ਸਾਲ ਨੂੰ ਲੈ ਲਈਏ, ਚਾਹੇ ਕਲਾਕਾਰੀ ਨਾ ਵੀ ਚੱਲੇ ਤਾਂ ਵੀ ਲੈਣੀ, ਤਾਂ ਵੀ ਆਪਣੇ ਕੋਲ ਇੰਨਾ ਕੁ ਬੈਕਅਪ ਹੈਗਾ ਆਪਾਂ, ਮਤਲਬ ਵੀ
ਵਾਲੇ ਹੁਣ ਕੰਪਨੀਆਂ ਫਰੀ ਜਾਂਦੀਆਂ ਨੇ, ਹਾਂ ਆਈਆਂ ਹੋਈਆਂ ਨੇ, ਮਤਲਬ ਫਰੀ ਜਾਂਦੀਆਂ ਨੇ, ਬਾਈ ਜੀ ਬਿਆਨਾ ਫੜ ਲਓ, ਐਂ ਕਰ ਲਓ, ਆਪਾਂ ਸੋਚਦੇ ਹਾਂ ਵੀ ਨਹੀਂ ਹਲੇ ਧੌਣ ਚ ਕਿੱਲਾ ਆਪਣੇ ਇਹਨਾਂ ਕਿੱਲਿਆਂ ਕਰਕੇ ਹੀ ਆ ਪਿੰਡ ਚ ਸਰਦਾਰੀ, ਵੀ ਆਪਾਂ ਹੁਣ ਹਜੇ ਰੱਖੀਏ ਧੌਣ ਚ ਕਿੱਲਾ, ਬੰਦਾ ਐਨਾ ਕਹੇ, ਕਿਉਂਕਿ ਫਿਰ ਜੇ ਹਣੀ ਬਾਈ ਆਪਾਂ ਇਹ ਕਰਤਾ ਨਾ ਕੰਮ ਇੱਥੋਂ, ਫਿਰ ਮੈਂ ਪਿੰਡ ਛੱਡ ਕੇ ਫਿਰ ਮੈਂ ਬਾਹਰ ਇੱਦਾਂ ਸੈਕਟਰ 88-89 ਫੀਲਿੰਗ ਪਸਾਟ ਵਾਲੀ ਦਿੰਦੀ ਆ ਥੋੜੀ ਥੋੜੀ, ਹਨਾ। ਹਾਂ ਉਹਦੇ ਚਾਚੇ ਤਾਏ ਦੀ ਭੈਣ ਕੁੜੀ ਆ ਆਪਾਂ ਕਹਿ ਲਈਏ, ਉਹ ਤਾਂ ਸਿਸਟਮ ਹੈ ਸਾਰਾ। ਬਈ ਯਾਰ ਮੈਨੂੰ ਨਾ ਕਈ ਬੰਦੇ ਨਾਲ ਕਰਦੇ ਨੇ ਲਾਂਭਾ ਜਾਂ ਦਿੰਦੇ ਹੁੰਦੇ ਇਹਨਾਂ ਗੱਡੀਆਂ ਲੈ ਕੇ, ਯਾਰ ਇਹਨਾਂ ਦਾ ਸਸਪੈਂਸ਼ਨ ਵਾਲੇ ਉਹ ਹੋ ਜਾਂਦੇ ਨੇ ਥੋੜੇ। ਹੈਗੀ ਆ ਵੀਰੇ, ਹੈਗੀ ਆ ਇਹ ਸਿਸਟਮ, ਪ੍ਰੋਬਲਮ ਰਹਿੰਦੀ ਹੈ, ਹੈਗੀ ਆ ਇਹ ਪ੍ਰੋਬਲਮ ਹੈਗੀ ਥੋੜੀ ਜੀ ਇਹਨਾਂ ਨੂੰ। ਇਹ ਗੱਡੀਆਂ ਕੁਛ ਨਹੀਂ ਹੈਗਾ ਬਈ, ਇਹ ਮੈਂ ਤੁਹਾਨੂੰ ਦੱਸਦਾ ਇਹ ਗੱਡੀਆਂ ਸਾਂਭ ਸੰਭਾਲ ਭਾਲਦੀਆਂ ਨੇ। ਜਿਵੇਂ ਹੁਣ ਆਪਾਂ ਕਹਿ ਲਈਏ ਨਾ, ਹੁਣ ਜਿੰਨੇ ਇਹਨੂੰ ਸਾਲ ਹੋ ਗਏ ਗੱਡੀ ਨੂੰ, ਤੇ ਇਹ ਇੱਦਾਂ ਨਹੀਂ ਹੈਗਾ ਵੀ ਮੈਂ ਡੈਂਕਿਆਂ ਚ ਨੂੰ ਇਹਨੂੰ ਖਿੱਚ ਕੇ ਭਜਾਈ ਜਾ ਰਿਹਾ ਗਾ ਜਾਂ, ਹਨਾ। ਇਹ ਸਿਸਟਮ ਥੋੜਾ ਜਿਹਾ ਦੇਖ ਲਓ, ਹੁਣ ਡੈਂਗਾ ਹੋਊਗਾ ਮੈਂ ਤੁਹਾਨੂੰ ਸੁਣਾਉਂਦਾ ਹਾਂ। ਇਹ ਚ ਤਾਂ ਚਲੋ ਨਹੀਂ ਇਹਨੇ ਬੋਲੀ, ਕੋਈ ਆਵਾਜ਼ ਨਹੀਂ ਆਈ, ਹਾਂ, ਪਰ ਵਿੱਚ ਵਿੱਚ ਕਿਤੇ ਕਿਤੇ ਆਉਂਦੀ ਹੈ ਸਸਪੈਂਸ਼ਨ ਦੇ ਵਿੱਚ, ਮਾੜੀ ਮਾੜੀ ਆਵਾਜ਼ ਆਉਂਦੀ ਹੈਗੀ ਹੈ ਵੀਰੇ। ਹਾਂਜੀ, ਤੇ ਮੈਂ ਇੱਕ ਚੀਜ਼ ਹੋਰ ਦੇਖੀ ਆ, ਜ਼ਿਆਦਾ ਜ਼ਿਆਦਾ ਜਰਮਨ ਕਾਰਾਂ ਦੇ ਵਿੱਚ ਲਾਂਭਾ ਪਤਾ ਕੀ ਹੁੰਦਾ ਲੋਕਾਂ ਨੂੰ, ਉਹ ਯਾਰ ਇਹਦਾ ਨਾ ਬਟਨ ਕੰਮ ਕਰਨ ਨੂੰ ਬੰਦ ਕਰਕੇ ਹੈ, ਹਾਂ, ਉਹ BMW ਚ ਥੋੜਾ ਜਿਹਾ ਹੈ, ਹਾਂ, ਕਿਹਾ ਚੱਲਣ ਨੂੰ ਹਟ ਗਏ, ਹਾਂ, ਪਰ ਇਹਦਾ ਸਾਰਾ ਕੁਝ ਚੱਲਦਾ, ਇਹਦਾ ਇੱਕ ਇੱਕ ਬਟਨ ਚੱਲਦਾ, ਇੱਕ 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 ਬਟਨ ਚੱਲਦਾ। ਮੈਂ ਤਾਂ ਮੈਂ ਉਹੀ ਹੈ ਨੀ ਵੀਰੇ, ਪਹਿਲਾਂ ਵਾਲੀ ਗੱਲ ਫੇਰ ਵੀ ਮੁੜ ਮੁੜ ਕੇ ਆ ਗਈ ਵੀ ਸਾਂਭ ਸੰਭਾਲ ਬੜੀ ਚੀਜ਼, ਸਾਰੇ ਬਟਨ ਵਰਕ ਕਰਦੇ ਨੇ, ਸਾਰਾ ਕੁਝ ਵਰਕ ਕਰਦਾ ਵੀਰੇ ਇਹਦਾ, A to Z ਕੋਈ ਇੱਕ ਵੀ ਬਟਨ ਇਹਦਾ ਇਦਾਂ ਨਹੀਂ ਹੈਗਾ ਵੀ ਇਹਦਾ ਕੁਛ ਵੀ, ਸਾਰਾ ਵਰਕ ਕਰਦਾ। ਆਫਟਰ ਮਾਰਕੀਟ ਲਾਏ ਤੋਂ ਇਲਾਵਾ ਕੀ ਲਾਤਾ ਗੱਡੀ ਨੂੰ? ਆਫਟਰ ਮਾਰਕੀਟ ਲਾਏ ਤੋਂ ਇਲਾਵਾ ਇੱਕ ਟੈਂਟ ਲਾਤੀ ਹੋਊ, ਚਲੋ ਉਹ ਵੀ ਲਾਤੀ, ਕੋਈ ਗੱਲ ਨਹੀਂ, ਹੋਰ ਬਾਕੀ ਇੱਕ ਥੱਲੇ ਲਾਈਟਾਂ ਜੀਆਂ ਲਾਈਆਂ ਸੀ ਮੈਂ, ਉਹ ਮੈਂ ਲਾਤੀਆਂ, ਉਹ ਸਾਰੀਆਂ ਵਧੀਆ ਲੱਗਦੀਆਂ ਸੀ ਥੱਲੇ ਵੱਜਦੀਆਂ। ਮੈਂ ਜੱਟਾ ਮੈਂ ਪਹਿਲਾ ਬੰਦਾ ਦੇਖਿਆ ਜਿਹਦੇ ਕੋਲ ਗੱਡੀ ਹੈਗੀ ਵਧੀਆ, ਹੈ ਉਹ ਵਧੀਆ ਗੱਲ ਆ, ਪਰ ਐਂ ਨਹੀਂ ਕਿ ਅਗਲਾ ਰੇਸ ਤੇ ਪੈਰ ਧਰ ਕੇ ਕਰੀ ਕਹਿੰਦਾ ਹੈਗਾ ਚੱਕ ਦਾਂਗੇ ਫੜ ਕੇ, ਹਾਂ ਵੀ ਉਹ ਹਲਾ ਉਹ ਨਹੀਂ ਹੈਗੀ, ਹੈ ਹੈਗੀ ਆਪਾਂ, ਹਾਂ, ਉਹ ਸਿਸਟਮ ਹੈ, ਹਾਂ, ਲੈ ਬਈ ਉਹ ਵਿੱਕੀ ਗੱਡੀ ਜੱਟਾ ਦੀ ਸੋਹਣੀ ਹੈ। ਮੈਂ ਪਹਿਲੀ ਜਰਮਨ ਕਾਰ ਦੇਖੀ ਆ ਪੁਰਾਣੀ ਸਾਂਭੀ ਹੋਈ, ਜਿਹਦੇ ਵਿੱਚ ਬਹਿ ਕੇ ਆਇਆ ਫੀਲ ਤਾਂ ਨਹੀਂ ਆਉਂਦੀ ਕਿ ਯਾਰ ਇਹ ਪੁਰਾਣੀ, ਤੁਹਾਨੂੰ ਆਇਆ ਫੀਲ ਵੀ ਇਹ ਪੁਰਾਣੀ ਆ ਨਾ, ਐਂ ਬੈਠ ਕੇ ਫੀਲ ਨਹੀਂ ਆਉਂਦਾ, ਹੈ ਹਾਂਜੀ, ਹਾਂ, ਇਹਦਾ ਇਹ ਨਹੀਂ ਜੀ ਕਿਤੇ ਰਾਹ ਬਦਲਾ ਦੀ ਸੀਟ ਕਵਰ ਜੀ ਕਿੱਦਾਂ ਸੈਟਿੰਗ ਸੁਟਿੰਗ ਜੀ ਕਰਦੀ ਹੈ, ਤਾਂ ਮੇਲੇ ਮੁਲੇ ਹੋਏ ਥੋੜੇ ਥੋੜੇ, ਹਾਂ, ਇਹਦਾ ਕਰਾਂਗੇ ਹੁਣ ਆਪਾਂ ਸਿਸਟਮ, ਹਾਂ, ਜੇ ਉਹ ਕੋਈ ਫੇਰ ਤਾਂ ਹੋਰ ਸਰਾ ਲੱਗ ਜੇ, ਨਹੀਂ ਇਹ ਤਾਂ ਹੈ ਥੋੜਾ ਜਿਹਾ ਇਹ ਚ ਅੰਦਰ ਕਲੀਨ ਹੋਣ ਵਾਲੀ, ਹਾਂ, ਇਹ ਸਾਰੀਆਂ ਗੱਡੀਆਂ ਨੂੰ ਹੁੰਦੀ ਹੈ ਜਿੱਥੇ ਲੈਦਰ ਵੱਧ ਲੱਗਿਆ ਹੈ ਨਾ, ਬਿਲਕੁਲ ਯਾਰ, ਦੇਖੋ ਹੁਣ ਛੱਤ ਛੁੱਤੇ ਵੀ ਥੋੜਾ ਜਿਹਾ ਡਰਾਈ ਕਲੀਨ ਭਾਲਦੀ, ਪਰ ਐਂ ਜ਼ਰੂਰ ਆ ਕਿ ਨਾ ਉਹ ਬੀਮਰਾਂ ਦੇ ਵਿੱਚ ਇੱਕ ਜੱਟਾ ਚੀਜ਼ ਨੋਟ ਕੀਤੀ ਹੋਣੀ ਆ ਕਿ ਜਦੋਂ ਤਾਕੀ ਖੋਲਦੇ ਸਾਨੂੰ ਲੈਦਰ ਦੀ ਸਮੈਲ ਆਉਂਦੀ ਆ, ਹਾਂਜੀ, ਬਹੁਤੀਆਂ ਜਗ੍ਹਾ ਇਹ 'ਚ ਹੈ ਨਹੀਂ, ਇਹ 'ਚ ਨਹੀਂ ਹੈਗੀ, ਜਮੀ ਨਹੀਂ ਹੈਗੀ। ਆਪਾਂ ਦੇਖਿਆ ਵਿੱਕੀ ਅੱਜ ਵੀ ਗੱਲ ਕਰਦੇ ਸੀ, ਦੋ ਬੀਮਰਾਂ ਖੋਲੀਆਂ ਸੇਮ ਸਮੈਲ ਆਉਂਦੀ ਸੀਗੀ, ਆਉਂਦੀ ਹੈ ਵੀਰੇ, ਹਾਂਜੀ, ਇਹਦੇ 'ਚ ਕੋਈ ਉਹ ਨਹੀਂ ਹੈਗਾ ਕਿ ਐਂ ਫੀਲ ਆਉਂਦਾ, ਕਿਉਂਕਿ ਗੱਡੀ ਰੈਗੂਲਰ ਚੱਲਦੀ ਆ ਤਾਂ ਫਿਰ ਠੀਕ ਆ, ਹੈ ਬਿਲਕੁਲ, ਹਾਂਜੀ, ਹਾਂ ਵੀਰੇ, ਹਾਂ। ਵੈਸੇ ਬਈ ਇਹ ਗੱਡੀ ਮੰਨ ਲਓ ਇਹਦੇ ਨਾਲ ਦੀ ਹੁਣ ਕਿਸੇ ਨੂੰ ਮਿਲਦੀ ਹੋਵੇ ਭਾਅ ਸਿਰ, ਹੈਨਾ, ਕਿਸੇ ਡੀਲਰ ਕੋਲੇ ਖੜੀ, ਕਿਸੇ ਦੇ ਘਰੇ ਖੜੀ, ਉਹ ਫਸਟ ਓਨਰ ਹੋਵੇ ਸੈਕਿੰਡ ਹੋਵੇ, ਹਾਂਜੀ, ਦੇਖ ਕੇ ਕੀ ਲਵੇ ਇਸ ਗੱਡੀ ਦੇ, ਕਿਉਂਕਿ ਤੇਰੇ ਕੋਲ ਜੱਟਾ ਹੈਗੀ ਬਹੁਤ ਟਾਈਮ ਦੀ, ਹੈਨਾ, ਇਹ ਚ ਦੇਖ ਕੇ ਤਾਂ ਵੀਰੇ ਮੈਂ ਤੁਹਾਨੂੰ ਦੱਸਦਾ। ਪਹਿਲੀ ਗੱਲ ਤਾਂ ਜਿੱਦਾਂ ਇਹ ਗੱਡੀਆਂ ਨੇ ਬਿਮਰ ਹੋ ਗਈ, ਆਹ ਹੋ ਗਈ, ਇਹਨਾਂ ਦੀ ਪਹਿਲਾਂ ਤਾਂ ਕੰਪਨੀ ਰਿਕਾਰਡ ਚੈੱਕ ਕਰੋ ਵੀ ਬੰਦੇ ਕੋਲੇ ਹੈਗਾ ਆ। ਵੈਸੇ ਮੇਰੇ ਹਿਸਾਬ ਨਾਲ ਤਾਂ ਨਹੀਂ ਹੋਊਗਾ, ਕਿਉਂਕਿ ਮੇਰੇ ਕੋਲ ਖੁਦ ਕੋਲ ਨਹੀਂ ਹੈਗਾ, ਜੇ ਆਪਾਂ ਗੱਲ ਕਰੀਏ, ਹੈਨਾ। ਤੇ ਸੈਕਿੰਡ ਗੱਲ ਯਾਰ, ਬੰਦਾ ਨਾ ਮਤਲਬ ਵੀ ਮੇਜਰ ਐਕਸੀਡੈਂਟ ਨਾ ਹੋਵੇ ਗੱਡੀ,
ਉਦਾਂ ਬੰਪਰਾਂ ਬੁੰਪਰਾਂ ਦਾ ਤਾਂ ਕੁਛ ਵੀ ਨਹੀਂ ਹੈਗਾ, ਇਹਦੇ ਵੀ ਦੋ ਚਾਰ ਵਾਰ ਮੈਂ ਕਰਾਏ ਨੇ ਅਗਲਾ ਪਿਛਲਾ, ਮੈਂ ਉਦਾਂ ਹੀ ਕਰਾ ਦਿੰਦਾ ਕਈ ਵਾਰ, ਸਕਰੈਚ ਸਕਰੂ ਲੱਗ ਜਾਂਦਾ, ਹੁਣ ਵੀ ਤੁਸੀਂ ਦੇਖਿਓ ਅੱਗੇ ਸਕਰੈਚ ਲੱਗਿਆ ਹੋਇਆ ਇਹਦੇ, ਹੁਣ ਇਹਨੇ ਫੇਰ ਇਹ ਖੜਾਉਣੀ ਆਪਾਂ ਫੇਰ ਬੰਪਰ। ਹਾਂਜੀ ਬਈ, ਇਹ ਛੋਟੀ ਮੋਟੀਆਂ ਚੀਜ਼ਾਂ ਹੁੰਦੀਆਂ। ਮੇਜਰ ਐਕਸੀਡੈਂਟ ਦਾ ਮਤਲਬ ਵੀ ਗੱਡੀ ਪਲਟੀਆਂ ਨਾ ਖਾਧੀ ਹੋਵੇ, ਗੱਡੀ ਕੋਈ ਕੋਈ ਖਚਕੇ ਨਾ ਲੱਗੀ ਹੋਵੇ ਕਿਤੇ, ਕੋਈ ਟੇਢੀ ਵਿੰਗੀ ਨਾ ਹੋਵੇ। ਹਾਂ ਹਾਂ, ਇਹ ਦੇਖਣਾ ਬਣਦਾ ਹੈ। ਹਾਂ, ਬਾਕੀ ਇਹਨਾਂ ਨੂੰ ਕੁਛ ਨਹੀਂ ਹੁੰਦਾ ਵੀਰੇ, ਇਹਨਾਂ ਨੂੰ ਨਾ, ਇਹ ਤਾਂ ਮੈਂ ਕਹਿੰਦਾ 12 ਸਾਲ ਹੋ ਗਏ, ਮੈਂ 12 ਹੋਰ ਚਲਾ ਦੂੰਗਾ ਇਹਨੂੰ ਏਦਾਂ ਹੀ। ਚੱਲ ਪੂ, ਹਾਂ ਆਰਾਮ, ਟੋਏ ਟਾਂਗੂ। ਹਾਂਜੀ ਹਾਂ, ਹਾਂ ਆਰਾਮ ਨਾਲ ਵੀਰੇ। ਇਹ ਉਹ ਵਾਲੀ ਗੱਡੀ, ਇਹ ਗੱਡੀਆਂ ਉਹ ਵਾਲੀਆਂ ਜੱਟੋ ਕਿ ਅੱਜ ਵੀ ਹਜੇ ਡੋਲੀਆਂ ਤੇ ਲੱਗਦੀਆਂ ਇਹ। ਬਿਲਕੁਲ ਬਿਲਕੁਲ, ਅੱਜ ਵੀ ਜਾਂਦੀਆਂ ਡੋਲੀਆਂ ਜਾਂਦੀ ਹੈ ਵੀਰੇ। ਹਾਂ ਬਿਲਕੁਲ, ਤੇ ਮੈਨੂੰ ਇਹ ਤੁਸੀਂ ਆ ਡੋਲੀ ਵਾਲੀ ਗੱਲ ਕਰੀ, ਇਹ ਪਤੰਦਰ ਕਾਲੀ ਮੰਗੀ ਜਾਂਦੇ ਨੇ ਦੀਪਨ। ਹਾਂ, ਨਹੀਂ ਬੰਦਾ ਕਹਿੰਦਾ ਅਪਸ਼ਗਨ ਹੈ ਕਾਲੀ ਗੱਡੀ। ਮੈਂ ਕਹਿੰਦਾ ਮੈਂ ਯਾਰੀ ਦੋਸਤੀ ਚ ਪਤਾ ਨੀ ਕਿੰਨੀ ਕੁ ਵਾਰੀ ਗਈ ਹੈ। ਅੱਛਾ, ਡੋਲੀਆਂ ਤੇ ਗਈ ਹੋਈ? ਡੋਲੀਆਂ ਤੇ ਮਤਲਬ ਉਦਾਂ, ਮਤਲਬ ਬੰਦਾ ਕਹਿੰਦਾ ਯਾਰ ਸੋਹਣੀ ਹੈ ਯਾਰ, ਮੂਹਰੇ ਲਾ ਲਾਂਗੇ ਡੋਲੀ ਵਾਲੀ ਗੱਡੀ ਦੇ, ਵੀ ਤੂੰ ਦੇ ਦੇ ਯਾਰ ਇਹਨੂੰ ਚਾਹ। ਹਾਂ ਠੀਕ ਹੈ, ਇਦਾਂ। ਹਾਂ, ਬਾਕੀ ਹੈ ਯਾਰ ਇਹ ਚ ਉਦਾਂ ਰੌਲਾ ਰੱਪਾ ਕੁਛ ਨੀ ਹੈਗਾ। ਤੇ ਬਾਕੀ ਮਿੱਤਰੋ ਦੇਖੋ, ਚਲ ਵਧੀਆ ਆਸ ਕਰਦੇ ਭਾਈ ਇਹ ਡਿਫੈਂਡਰ ਲਵੇ ਮੁੰਡਾ ਛੇਤੀ। ਹਾਂ, ਗਾਣੇ ਚੱਲ ਜਾਣੇ ਯਾਰ ਬਸ, ਇਹਦੇ ਗਾਣੇ ਚੱਲ ਜਾਣ, ਇਹ ਡਿਫੈਂਡਰ ਵੀ ਲੈ ਲਵੇ, ਕੋਠੀ ਵੀ ਪਾ ਲਵੇ, ਤੇ ਫਿਰ ਇਹਦੀ ਕਰ ਦਿਆਂਗੇ ਵੀਡੀਓ। ਤੇ ਉਦੋਂ ਅਸੀਂ ਵੀ ਕਿਤੇ ਵਾਪਸ ਸੁੱਖ ਰੱਖ ਕੇ ਕਿਤੇ ਫਾਰਚੂਨਰ ਡਾਈਵਰ ਚ ਘੁੰਮਦੇ ਹਾਂ। ਬਿਲਕੁਲ ਬਿਲਕੁਲ। ਤੇ ਬਾਕੀ ਮਿੱਤਰੋ, ਆਸ ਕਰਦੇ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ। ਤੇ ਜਿਹੜੇ ਭਾਈ ਆ ਨਵਾਂ ਪੇਜ ਦੇਖਦੇ ਨਾ ਸੁੱਖ ਨਾਲ, ਇਹੀ ਆ ਜਿਹੜਾ ਪੇਜ ਆ ਨਾ ਆਪਣਾ ਭਾਈ, ਇਹ ਗੱਡਖਾਨੇ ਨੂੰ ਉਹ ਆ ਸਮਰਪਿਤ ਜਿਹਾ ਭਾਈ ਹੈ। ਠੀਕ ਹੈ, ਕੱਲੀ ਇੱਥੇ ਆਹੀ ਵੀਡੀਓ ਆਉਣੀ ਹੈ, ਗੱਡੀਆਂ ਨਹੀਂ ਦੇਤਾ। ਤੇ ਬਾਕੀ ਆਸ ਕਰਦੇ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ। ਮਿੱਤਰੋ, ਤੁਹਾਡਾ ਸਾਰਿਆਂ ਦਾ ਹੈ ਧੰਨਵਾਦ।